ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਪੋਲਿਟਿਕਸ ਪੰਜਾਬ ਸਕਾਈ 774 ਮੈਂ ਤੁਹਾਡਾ ਹੋਸਟ ਜਗਜੀਤ ਸਿੰਘ ਪ੍ਰੋਗਰਾਮ ਕਰੰਟ ਅਫੇਅਰਸ ਲੈ ਕੇ ਹਾਜ਼ਰਾਂ ਆਹ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਕਿਤੀਆਂ ਹੋਈਆਂ ਗੱਲਾਂ ਬਾਤਾਂ ਦੇ ਨਾਲ ਅਦਾਰੇ ਦਾ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈਗਾ ਅਸੀਂ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਨੂੰ ਨਾਤੇ ਪ੍ਰਮੋਟ ਕਰਦੇ ਆਂ ਨਾ ਹੀ ਪ੍ਰਮੋਟ ਕਰਦੇ ਆਂ ਤੱਥਾਂ ਦੇ ਆਧਾਰ ਦੇ ਉੱਪਰ ਉੱਤੇ ਤੱਕ ਖਬਰਾਂ ਜਿਹੜੀਆਂ ਉਹ ਦੁਨੀਆ ਭਰ ਦੇ ਵਿੱਚੋਂ ਲੈ ਕੇ ਆਉਂਦੇ ਆ ਸੋ ਅੱਜ ਜਿਹੜੀ ਪਹਿਲੀ ਖਬਰ ਹੈਗੀ ਆ ਉਹ ਕੈਨੇਡਾ ਦੇ ਨਾਲ ਸੰਬੰਧਿਤ ਹੈਗੀ ਆ ਕੈਨੇਡਾ ਦੇ ਵਿੱਚ ਬੀਤੇ ਐਤਵਾਰ ਨੂੰ ਸਰੀ ਦੇ ਵਿੱਚ ਇੱਕ ਬਹੁਤ ਵੱਡਾ ਨਗਰ ਕੀਰਤਨ ਜਿਹੜਾ ਉਹ ਨਿਕਲਿਆ ਸੋ ਉਹ ਨਗਰ ਕੀਰਤਨ ਜਿਹੜਾ ਇੱਕ ਵਾਰ ਫੇਰ ਖਾਲਸਤਾਨ ਦੀਆਂ ਝੰਡਿਆਂ ਦੇ ਨਾਲ ਜਿਹੜਾ ਇਹ ਨਗਰ ਕੀਰਤਨ ਵੱਡੇ ਪੱਧਰ ਦੇ ਵਿੱਚ ਕੱਢਿਆ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਖਾਲਿਸਤਾਨ ਦੇ ਝੰਡੇ ਜਿਹੜੇ ਆ ਉਹ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਕਿਵੇਂ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ ਸੋ ਇਸ ਨਗਰ ਕੀਰਤਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਵੀ ਜਿਹੜਾ ਉਹ ਪੂਰਨ ਤੌਰ ਦੇ ਉੱਪਰ ਪ੍ਰਚਾਰ ਕੀਤਾ ਗਿਆ ਕੈਨੇਡਾ ਦੀ ਧਰਤੀ ਜਿਸ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਮਿੰਨੀ ਪੰਜਾਬ ਦੂਸਰਾ ਪੰਜਾਬ ਕਿਹਾ ਜਾਂਦਾ ਜੇ ਪੰਜਾਬ ਤੋਂ ਬਾਅਦ ਜੇ ਕੋਈ ਦੇਸ਼ ਆਉਂਦਾ ਜਿੱਥੇ ਵਿੱਚ ਸਭ ਤੋਂ ਵੱਧ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਗਿਣਤੀ ਆਉਂਦੀ ਹੈ ਤੇ ਉਹ ਕੈਨੇਡਾ ਜਿਹੜਾ ਉਹ ਮੁਲਕ ਦਾ ਨਾਮ ਆਉਂਦਾ ਸੋ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਵੱਡਾ ਇੱਕ ਨਗਰ ਕੀਰਤਨ ਜਿਹੜਾ ਉਹ ਕੱਢਿਆ ਗਿਆ ਸੋ ਨਗਰ ਕੀਰਤਨ ਦੇ ਵਿੱਚ ਖਾਲਸਾਣ ਦੇ ਝੰਡੇ ਜਿਹੜੇ ਆ ਉਹ ਸਭ ਤੋਂ ਵੱਧ ਦੇਖਣ ਦਾ ਜਿਹੜਾ ਕੇਂਦਰ ਜਿਹੜਾ ਉਹ ਬਣੇ ਹੋਏ ਸੀਗੇ ਖਾਲਸਾਣ ਦੇ ਝੰਡਿਆਂ ਦੇ ਨਾਲ ਨੌਜਵਾਨ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਆਏ ਹੋਏ ਬਜ਼ੁਰਗ ਤੁਸੀਂ ਵੇਖ ਰਹੇ ਹੋ ਅ ਕਿਵੇਂ ਖਾਲਸਤਾਨ ਦੇ ਝੰਡੇ ਜਿਹੜੇ ਆ ਉਹਨਾਂ ਨੇ ਚੁੱਕੇ ਹੋਏ ਆ ਸੋ ਉੱਥੇ ਖਾਲਸਤਾਨ ਦਾ ਪ੍ਰਚਾਰ ਜਿਹੜਾ ਉਹ ਇੱਕ ਵੱਡੇ ਪੱਦਰ ਦੇ ਉੱਪਰ ਕੈਨੇਡਾ ਦੀ ਧਰਤੀ ਦੇ ਉੱਪਰ ਜਿਹੜਾ ਉਹ ਦਿਖਣ ਨੂੰ ਮਿਲਿਆ ਅ ਜਿੱਥੇ ਸਰੀ ਦੇ ਵਿੱਚ ਕੈਨੇਡਾ ਦੇ ਵਿੱਚ ਨਗਰ ਕੀਰਤਨ ਦੇ ਦੌਰਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਝੰਡੇ ਆ ਉਹ ਲੈ ਕੇ ਨੌਜਵਾਨ ਉੱਥੇ ਪਹੁੰਚੇ ਹੋਏ ਸੀ ਉੱਥੇ ਦੂਸਰੇ ਪਾਸੇ ਟ੍ਰਾਂਟੋ ਦੇ ਵਿੱਚ ਵੀ ਜਿਹੜੀ ਆ ਖਾਲਸਤਾਨ ਰੈਫਰੈਂਡਮ ਦੀ ਮੁਹਿੰਮ ਜਿਹੜੀ ਆ ਉਹ ਲਗਾਤਾਰ ਚੱਰੀ ਆ ਬੱਕ ਬੱਕ ਗੁਰੂ ਘਰਾਂ ਦੇ ਵਿੱਚ ਖਾਲਿਸਤਾਨ ਰੈਫਰੰਡਮ ਦੇ ਜਿਹੜੇ ਪ੍ਰਚਾਰਕ ਹੈਗੇ ਆ ਜਿਹੜੇ ਐਮਬੈਸਡਰ ਹੈਗੇ ਆ ਉਹ ਖਾਲਿਸਤਾਨ ਰੈਫਰੰਡਮ ਦੀ ਕੈਂਪੇਨ ਜਿਹੜੀ ਆ ਉਹ ਗੁਰੂ ਘਰਾਂ ਦੇ ਵਿੱਚ ਕਰ ਰਿਹਾ ਔਰ ਸਪਟੰਬਰ 18 ਨੂੰ ਜਿਹੜੀ ਆ ਕਿ ਖਾਲਿਸਤਾਨ ਰੈਫਰੰਡਮ ਦੀ VOTING ਜਿਹੜੀ ਆ ਉਹ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਹੋਣ ਜਾ ਰਹੀ ਆ ਔਰ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਰੈਫਰੰਡਮ ਦੀਆਂ ਵੋਟਾਂ ਦਾ ਜਿਹੜਾ ਪ੍ਰਚਾਰ ਆ ਉਹ ਲਗਾਤਾਰ ਚੱਲ ਰਿਹਾ ਸੋ ਰੈਫਰੰਡਮ ਦੀਆਂ ਵੋਟਾਂ ਦਾ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਖਾਲਸਤਾਨ ਰੈਫਰੰਡਮ ਦੀ ਟੀਮ ਜਿਹੜੀ ਆ ਉਹ ਵਕ ਵਕ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ 18 ਸਤੰਬਰ ਦਾ ਜਿਹੜਾ ਉਹ ਸੱਦਾ ਦੇ ਰਹੀ ਆ ਔਰ 18 ਸਤੰਬਰ ਨੂੰ ਕੈਨੇਡਾ ਦੇ ਫੇਸ ਦੀ ਜਿਹੜੀ ਰੈਫਰੰਡਮ ਦੀਆਂ ਵੋਟਾਂ ਉਹ ਸ਼ੁਰੂ ਹੋਣ ਜਾਣੀਆਂ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਸੋ ਜਿਸ ਨੂੰ ਲੈ ਕੇ ਕਾਫੀ ਜਿਹੜਾ ਕਿ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕੈਂਪੇਨ ਜਿਹੜੀ ਆ ਖਾਲਿਸਤਾਨ ਰੈਫਰੰਡਮ ਦੀ ਕੈਂਪੇਨ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਔਰ ਆਉਣ ਵਾਲੀ ਸਪਟੰਬਰ 18 ਨੂੰ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਜਿਹੜੀਆਂ ਉਹ ਟ੍ਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀਆਂ ਉਹ ਹੋਣ ਜਾ ਰਹੀਆਂ ਸੋ ਇਹ ਖਬਰਾਂ ਜਿਹੜੀਆਂ ਇਹ ਕੈਨੇਡਾ ਦੇ ਨਾਲ ਸੰਬੰਧਿਤ ਸੀਗੀਆਂ ਸੋ ਪੰਜਾਬ ਦੇ ਨਾਲ ਅਤੇ ਭਾਰਤ ਦੀਆਂ ਖਬਰਾਂ ਜਿਹੜੀਆਂ ਉਹ ਵੀ ਅਸੀਂ ਤੁਹਾਡੇ ਨਾਲ ਆ ਸੰਗੀਆਂ ਕਰਨ ਜਾ ਰਿਹਾ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜਾ ਕਕਾਰਾਂ ਨੂੰ ਲੈ ਕੇ ਮਸਲਾ ਜਿਹੜਾ ਉਹ ਪਖਿਆ ਹੋਇਆ ਦਿਖ ਰਿਹਾ ਆ ਹਫਤੇ ਦੇ ਵਿੱਚ ਦੂਸਰੀ ਦਫਾ ਜਿਹੜਾ ਖਾਲਸਤਾਨ ਮਾਫ ਕਰਿਓ ਕਕਾਰਾਂ ਦਾ ਮਸਲਾ ਜਿਹੜਾ ਉਹ ਸਾਹਮਣੇ ਆਇਆ ਕਕਾਰ ਸਟੂਡੈਂਟਸ ਦੇ ਲਹੋਣੇ ਜਿਹੜੇ ਸਕੂਲਾਂ ਦੇ ਵਿੱਚ ਐਗਜ਼ਾਮ ਦੇਣ ਦੇ ਲਈ ਜਾ ਰਹੇ ਆ ਉਹਨਾਂ ਦੇ ਕਕਾਰ ਉਤਾਰਨ ਦਾ ਮਸਲਾ ਜਿਹੜਾ ਉਹ ਇੱਕ ਵਾਰ ਫੇਰ ਜਿਹੜਾ ਕਿ ਪੰਜਾਬ ਦੇ ਵਿੱਚ ਦਿਖਣ ਨੂੰ ਸਾਹਮਣੇ ਆ ਰਿਹਾ ਪੰਜਾਬ ਜਿੱਥੇ ਕੇ ਸਿੱਖਾਂ ਦੀ ਬਹੁ ਗਿਣਤੀ ਦਾ ਇਲਾਕਾ ਹੈਗਾ ਪੰਜਾਬੀ ਸੂਬਾ ਔਰ ਸਿੱਖ ਜਿਹੜੇ ਆ ਸਭ ਤੋਂ ਵੱਧ ਜੇ ਗਿਣਤੀ ਸਿੱਖਾਂ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਕਿਸੇ ਸੂਬੇ ਦੇ ਵਿੱਚ ਹੈਗੀ ਹੈ ਤੇ ਉਹ ਪੰਜਾਬ ਦਾ ਸੂਬਾ ਜਿਹੜਾ ਉਹ ਪਹਿਲੇ ਨੰਬਰ ਦੇ ਉੱਪਰ ਆਉਂਦਾ ਸੋ ਉੱਥੇ ਇੱਕ ਹਫ਼ਤੇ ਦੇ ਵਿੱਚ ਦੋ ਦਫਾ ਇਸ ਤਰ੍ਹਾਂ ਦੀ ਘਟਨਾਵਾਂ ਦਾ ਸਾਹਮਣੇ ਆਉਣਾ ਕਿ ਸਿੱਖਾਂ ਦੇ ਬੱਚਿਆਂ ਦੇ ਜਿਹੜੇ ਆ ਉਹ ਕਕਾਰ ਲੁਹਾਉਣੇ ਸੋ ਉਸ ਦੇ ਉੱਪਰ ਜਿਹੜਾ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਹੋਰਾਂ ਦਾ ਵੀ ਜਿਹੜਾ ਉਹ ਬਿਆਨ ਆਇਆ ਕਕੌਰ ਲਹਾਉਣ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਸੋ ਅਰਜਿੰਦਰ ਸਿੰਘ ਧਾਮੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਕਕਾਰ ਜਿਹੜੇ ਆ ਸਿੱਖਾਂ ਦੇ ਬੱਚਿਆਂ ਦੇ ਪੇਪਰਾਂ ਦੇ ਸਮੇ ਜਿਹੜੇ ਲੁਹਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੇ ਨਾਲ ਉਹਨਾਂ ਦੱਸੇ ਜਾ ਰਿਹਾ ਕਿ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਦੇ ਵਾਰ-ਵਾਰ ਕਕਾਰ ਲਾਹੋਣ ਕਿ ਉਹਨਾਂ ਨੂੰ ਸਾਜਿਸ਼ ਤੈਤ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਅੱਜ ਤੱਕ ਸ਼੍ਰੀ ਦਮਦਮਾ ਸਾਹਿਬ ਵਿਕੇਸ਼ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਬੌਗਿਨਤੀ ਦੇ ਵਿੱਚ ਪੰਜਾਬ ਦੇ ਸੂਬੇ ਦੇ ਵਿੱਚ ਵਸਦੇ ਆ ਉੱਥੇ ਇੱਕ ਹਫਤੇ ਦੇ ਵਿੱਚ ਦੂਸਰੀ ਵਾਰ ਜਿਹੜੀ ਆ ਪ੍ਰੀਖਿਆ ਦੌਰਾਨ ਸਿੱਖ ਨੌਜਵਾਨਾਂ ਦੇ ਕੜੇ ਲਹਾਉਣ ਦੀ ਜਿਹੜੀ ਗੱਲ ਆ ਉਹ ਸਾਹਮਣੇ ਆਈ ਆ ਸੋ ਇਸ ਘਟਨਾ ਨੂੰ ਜਿਹੜਾ ਕਿ ਕਾਫੀ ਗੰਭੀਰਤਾ ਦੇ ਨਾਲ ਹਜਿੰਦਰ ਸਿੰਘ ਧਾਮੀ ਹੋਰਾਂ ਨੇ ਚੁੱਕਿਆ ਜਦਕਿ ਭਾਰਤ ਦਾ ਸੰਵਿਧਾਨਕ ਕਾਰ ਧਾਰਨ ਕਰਨ ਦੀ ਆਜ਼ਾਦੀ ਦਿੰਦਾ ਅ ਇਸ ਦੀ ਢੁੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਸੋ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਜੀ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਵੀ ਸਿੱਖਾਂ ਨੂੰ ਕਕਾਰ ਪਹਿਨਣ ਦੀ ਜਿਹੜੀ ਹੈ ਇਜਾਜ਼ਤ ਦਿੰਦਾ ਪਰ ਇਸ ਦੀ ਜਿਹੜੀ ਆ ਉਹ ਢੁੰਗਾਈ ਦੇ ਨਾਲ ਜਿਹੜੀ ਆ ਜਾਂਚ ਹੋਣੀ ਚਾਹੀਦੀ ਹੈ ਕੀ ਕਾਰਨ ਹੈ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਹ ਜੋ ਬਾਰ-ਬਾਰ ਸਿੱਖਾਂ ਦੇ ਬੱਚਿਆਂ ਦੇ ਨਾਲ ਕਕਾਰ ਉਤਾਰਨ ਦੀ ਗੱਲ ਜਿਹੜੀ ਆ ਸਾਹਮਣੇ ਆ ਰਹੀ ਹੈ ਇਸ ਤੇ ਨਾਲ ਇੱਕ ਗੁਲਾਮੀ ਦਾ ਅਹਿਸਾਸ ਜਿਹੜਾ ਉਹ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਹੈ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੇ ਲਈ ਜਿਹੜੀ ਆ ਇਹ ਗੱਲਬਾਤ ਚੁੱਕੀ ਗਈ ਆ ਹਰਜਿੰਦਰ ਸਿੰਘ ਤਾਮੀਨ ਜਿਹੜੇ ਕਿ ਪ੍ਰੈਜ਼ੀਡੈਂਟ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹੋਰ ਨੇ ਇਹ ਗੱਲ ਜਿਹੜੀ ਚੁੱਕੀ ਆ ਸੋ ਇਹ ਇੱਕ ਹਫ਼ਤੇ ਦੇ ਵਿੱਚ ਦੂਸਰੀ ਘਟਨਾ ਜਿਹੜੀ ਆ ਸਾਹਮਣੇ ਆਈ ਹੈ ਜਦੋਂ ਕਿ ਸਿੱਖ ਬੱਚੇ ਜਿਹੜੇ ਆਪਣੇ ਐਗਜ਼ਾਮ ਦੇ ਲਈ ਜਾ ਰਹੇ ਆ ਸੋ ਉਹਨਾਂ ਦੇ ਕੜੇ ਉਤਾਰੇ ਜਾ ਰਹੇ ਆ ਸੋ ਉਸ ਦੇ ਉੱਪਰ ਨੋਟਿਸ ਲਿਆ ਗਿਆ ਉਹਨਾਂ ਨੇ ਦੱਸਿਆ ਜੀ ਕਿ ਜਿਹੜੇ ਸਿੱਖ ਹੈਗੇ ਆ ਪੰਜਾਬ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਹੈਗੇ ਆ ਪੰਜਾਬ ਇੱਕ ਸਿੱਖਾਂ ਦਾ ਬਹੁ ਗਿਣਤੀ ਦਾ ਸੂਬਾ ਹੈਗਾ ਜਿਸ ਦੇ ਵਿੱਚ ਸਿੱਖਾਂ ਨੂੰ ਇੱਕ ਵਾਰ ਫੇਰ ਗੁਲਾਮੀ ਦਾ ਅਹਿਸਾਸ ਦੀ ਗੱਲ ਜਿਹੜੀ ਆ ਉਹ ਚੁੱਕੀ ਗਈ ਹੈ ਸੋ ਅਗਲੀ ਖਬਰ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਨਾਲ ਸੰਬੰਧਤ ਹੈਗੀ ਆ ਪੰਜਾਬ ਸਰਕਾਰ ਨੇ ਨਵੇਂ ਐਡਵੋਕੇਟ ਜਨਰਲ ਜਿਹੜੇ ਆ ਉਹ ਨਿਯੁਕਤ ਕੀਤੇ ਆ ਬినੋਦ ਕੇਈ ਜਿਹੜੇ ਆ ਉਹ ਨਵੇਂ ਜੀ ਦੇ ਵਾਜੂ ਉਹਨਾਂ ਨੇ ਜਿਹੜਾ ਅਹੁਦਾ ਉ ਆਪਣਾ ਸਾਹਮ ਲਿਆ ਸੋ ਵਿਨੋਦ ਕੇ ਜਿਹਨਾਂ ਨੂੰ ਅ ਅਟਾਰਨੀ ਜਨਰਲ ਬਣਨ ਤੋਂ ਬਾਅਦ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅ ਵਿਨੋਦ ਕੇ ਜਿਹੜੇ ਕਿ ਪਿਛਲੇ ਸਮੇਂ ਇਹਨਾਂ ਨੇ ਡੇਰਾ ਸੱਚਾ ਸੋਦਾ ਗੁਰਮੀਤ RAM ਰਹੀਮ ਹੋਰਾਂ ਦੇ ਕੇਸਾਂ ਦੇ ਵਿੱਚ ਇਹ ਵਕੀਲ ਰਹਿ ਚੁੱਕੇ ਆ ਇਹਨਾਂ ਨੇ ਗੁਰਮੀਤ RAM ਰਹੀਮ ਨੂੰ ਜਿਹੜਾ ਉਹ ਪ੍ਰੋਟੈਕਟ ਕੀਤਾ ਹੋਇਆ ਉਹਨਾਂ ਦੇ ਕਲਾਇੰਟ ਹੈਗੇ ਆ ਸੋ ਉਹਨਾਂ ਨੂੰ ਹੁਣ ਪੰਜਾਬ ਦੇ ਜਿਹੜੇ ਆ ਅਟਾਰਨੀ ਜਨਰਲ ਦਾ ਅਹੁਦਾ ਜਿਹੜਾ ਉਹ ਦਿੱਤਾ ਗਿਆ ਸੋ ਉਹਨਾਂ ਨੇ ਆਪਣਾ ਅਹੁਦਾ ਜਿਹੜਾ ਉਹ ਸੰਭਾਲਿਆ ਸੋ ਸੀਨੀਅਰ ਐਡਵੋਕੇਟ ਵਿਨੋਦ ਕੇਈ ਨੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਵਜੋਂ ਸ਼ਨੀਵਾਰ ਨੂੰ ਅਹੁਦਾ ਜਿਹੜਾ ਉਹ ਸੰਭਾਲਿਆ ਅ ਇੱਥੇ 19 ਜੁਲਾਈ ਨੂੰ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੰਧੂ ਵੱਲੋਂ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਸੀਗਾ ਸੋ ਬੀਤੇ ਸ਼ਨੀਵਾਰ ਜਿਹੜਾ ਕਿ ਐਡਵੋਕੇਟ ਵਿਨੋਦ ਕੇਈ ਵੱਲੋਂ ਜਿਹੜਾ ਐਡਵੋਕੇਟ ਜਨਰਲ ਦਾ ਅਹੁਦਾ ਜਿਹੜਾ ਉਹ ਸ਼ਨੀਚਰਵਾਰ ਨੂੰ ਜਿਹੜਾ ਉਹ استعمال ਕੀਤਾ ਗਿਆ ਸੋ ਉਸ ਦੇ ਉੱਪਰ ਹੁਣ ਅ ਅਟਾਰਨੀ ਜਿਹੜੇ ਅਟਾਰਨੀ ਜਨਰਲ ਦੀ ਨਿਯੁਕਤੀ ਦੇ ਖਿਲਾਫ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਨੂੰ ਲੈ ਕੇ ਵੀ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆਈਆਂ ਸੋ ਜਿਹੜੀਆਂ ਸਿੱਖ ਜਥੇਬੰਦੀਆਂ ਅ ਜਿਹੜੀਆਂ ਕਿ ਇਨਸਾਫ ਦੀ ਗੱਲ ਕਰਦੀਆਂ ਸੀਗੀਆਂ ਬਹਿਬਲ ਕਲਾ ਗੋਲੀ ਕਾਟ ਹੋ ਗਿਆ ਜਵਾਰ ਸਿੰਘ ਵਾਲੇ ਦੇ ਵਿੱਚ ਜੋ ਗੁਰਗੰਸਾ ਜੀ ਦੀਆਂ ਬੇਦਬੀਆਂ 2015 ਦੇ ਵਿੱਚ ਹੋਈਆਂ ਸੀ ਉਹਨਾਂ ਬੇਦਬੀਆਂ ਨੂੰ ਲੈ ਕੇ ਵੀ ਜਿਹੜੀ ਇਨਸਾਫ ਦੀ ਇੱਕ ਗੱਲ ਜਿਹੜੀ ਆ ਸਮੇਂ-ਸਮੇਂ ਦੇ ਉੱਪਰ ਚੁੱਕੀ ਜਾਂਦੀ ਰਹੀ ਹੈ ਸੋ ਉਸ ਨੂੰ ਲੈ ਕੇ ਵੀ ਇਹ ਮਸਲਾ ਜਿਹੜਾ ਕਾਫੀ ਪੱਖ ਦਾ ਨਜ਼ਰ ਆਇਆ ਸੀਗਾ ਸੋ ਹੁਣ ਅਟਾਰਨੀ ਜਨਰਲ ਦੀ ਜਿਹੜੀ ਨਿਯੁਕਤੀ ਹੋਈ ਹੈ ਵਿਨੋਦ ਕੇਈ ਹੋਰਾਂ ਦੀ ਉਸ ਨੂੰ ਲੈ ਕੇ ਜਿਹੜਾ ਕਿ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਧਰਨੇ ਲਾਉਣ ਦੀ ਗੱਲ ਵੀ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਉਹ ਅ ਤਰਨੇ ਵੀ ਲਾ ਸਕਦੀਆਂ ਤਰਨੇ ਲਾਉਣ ਜਾ ਰਹੀਆਂ ਸੋ ਸਿੱਖ ਜਥੇਬੰਦੀਆਂ ਵੱਲੋਂ ਅਟਾਰਨੀ ਜਨਰਲ ਦੀ ਨਿਯੁਕਤੀ ਦੇ ਉੱਪਰ ਜਿਹੜੀ ਆ ਉਹ ਸਵਾਲ ਚੁੱਕੇ ਗਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਕਿ ਆਜ਼ਾਦੀ ਦੇ ਦਿਹਾੜੇ ਮੌਕੇ ਲੁਧਿਆਣੇ ਵਿੱਚ ਰੋਸ ਮੂਜਾਰਾ ਕਰਨ ਦਾ ਵੀ ਐਲਾਨ ਜਿਹੜਾ ਉਹ ਕੀਤਾ ਗਿਆ ਸਿੱਖ ਜਥੇਬੰਦੀਆਂ ਵੱਲੋਂ ਸੋ ਦਰਬਾਰੇ ਪੰਜਾਬ ਦੇ ਸਰਪ੍ਰਸਤੀ ਅਧੀਨ ਕਾਰਡ ਸ਼ੀਟ ਜਥੇਬੰਦੀਆਂ ਨੇ ਪੰਜਾਬ ਦੇ ਨਵੇਂ ਅਟਾਰਨੀ ਜਨਰਲ ਦੀ ਨਿਯੁਕਤੀ ਦੇਵ ਰੋਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿ ਆਜ਼ਾਦੀ ਦਿਵਸ ਸਮਾਗਮ ਮੁਕੇ ਲੁਧਿਆਣਾ ਸਥਿਤ ਜਿਸ ਸਟੇਡੀਅਮ ਵਿੱਚ ਮੁੱਖ ਮੰਤਰੀ ਆ ਭਗਵੰਤ ਮਾਨ ਕੋਮੀ ਤਿਰੰਗਾ ਲਹਿਰਾਉਣਗੇ ਉਸੇ ਥਾਂ ਦੇ ਉੱਪਰ ਪ੍ਰਦਰਸ਼ਨਕਾਰੀ 48 ਚੋਲੇ ਪਾ ਕੇ ਅਤੇ ਖੁਦ ਨੂੰ ਸੰਗਲਾਂ ਦੇ ਵਿੱਚ ਜਕੜ ਕੇ ਰੋਸ ਬਖਾਵਾ ਜਿਹੜਾ ਉਹ ਕਰਨਗੇ ਆ ਯੂनाइटेड ਅਕਾਲੀ ਦਲ ਲੋਕ ਅਧਿਕਾਰ ਲਹਿਰ ਆ ਵਪਾਰ ਅਤੇ ਉਦਯੋਗ ਮਹਾਸੰਘ ਆ ਭਾਰਤ ਅਤੇ ਪੰਜਾਬ ਬਹੁਜਨ ਸਮਾਜ ਪਾਰਟੀ ਨਾਲ ਸੰਬੰਧਿਤ ਤੇ ਨੁਮਾਇੰਦਿਆਂ ਨੇ ਦੋਸ਼ ਲਾਇਨ ਕੀ ਨਵੇਂ ਅਟਾਰਨੀ ਜਰਨਲ ਬਹਿਬਲ ਕਲਾ ਗੋਲੀकांड ਦੇ ਪ੍ਰਮੁੱਖ ਦੋਸ਼ੀ ਦੇ ਵਕੀਲ ਰਹੇ ਹਨ ਇਸ ਲਈ ਉਹਨਾਂ ਨੂੰ ਤਨਾਤੀ ਸਿੱਖਾਂ ਨਾਲ ਕੁਝ ਕੋਜਾ ਮਜ਼ਾਕ ਦੇ ਬਰਾਬਰ ਹੈਗੀ ਆ ਸੋ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮੁੱਦੇ ਉੱਪਰ ਵੀ ਜਿਹੜੀ ਹੈ ਗੱਲਬਾਤ ਉਹ ਕਰਨੀ ਚਾਹੀਦੀ ਹੈ ਸੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਜਿੱਥੇ ਦਾ ਜਗਤਾਰ ਸਿੰਘ ਹਵਾਰਾ ਦਿੱਲੀ ਨਾਲ ਸੰਬੰਧਿਤ ਕੋਈ ਵੀ ਕੇਸ ਵਿੱਚ ਹੁਣ ਜਿਹੜੇ ਆ ਨਹੀਂ ਹੈਗੇ ਉਹਨਾਂ ਨੂੰ ਵੀ ਜਿਹੜਾ ਦਿੱਲੀ ਤੋਂ ਪੰਜਾਬ ਵੱਲ ਸ਼ਿਫਟ ਨਹੀਂ ਕੀਤਾ ਜਾ ਰਿਹਾ ਉੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਪਈ ਅਮਰੀਕ ਸਿੰਘ ਅਜਨਾਲਾ ਅਤੇ ਆਪਾਲ ਸਿੰਘ ਫਰਾਂਸ ਨੇ ਕਿਹਾ ਕਿ 30 ਅਗਸਤ ਨੂੰ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਤੋਂ ਰੋਸ ਮਾਰਚ ਸ਼ੁਰੂ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਤੱਕ ਜਾਵੇਗੀ। ਅ ਔਰ ਉੱਥੇ ਜਾ ਕੇ ਜਿਹੜਾ ਕਿ ਇਸ ਗੱਲ ਦਾ ਵਿਰੋਧ ਕੀਤਾ ਜਾਏਗਾ। कि जो प्रोफेसर देवेंद्रपाल सिंह पुल्लर ਹੋਰਾਂ ਦੀ ਰਿਹਾਈ ਨੂੰ ਲੈ ਕੇ ਦਿੱਲੀ ਸਰਕਾਰ ਦਾ ਜਿਹੜਾ ਇੱਕ ਰਵਈਆ ਉਹ ਉਸ ਤੇ ਉੱਪਰ ਵੀ ਜਿਹੜੇ ਆ ਉਹ ਸਵਾਲ ਚੁੱਕੇ ਜਾਣਗੇ ਸੋ ਨਾਲ ਦੀ ਨਾਲ ਉਹਨਾਂ ਨੇ ਆ ਰੂਪਰੇਖਾ ਦੱਸੀ ਹੈ ਜੋ 15 ਅਗਸਤ ਤੋਂ ਬਾਅਦ ਐਲਾਨ ਕੀਤੀ ਜਾਵੇਗੀ ਅਗਲੀ ਗੱਲਬਾਤ ਜੋ ਸੰਘਰਸ਼ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ ਸੋ ਉਸ ਦੀ ਰੂਪਰੇਖਾ ਦੇ ਉੱਪਰ ਵੀ ਉਹਨਾਂ ਨੇ ਗੱਲ ਕੀਤੀ ਹੈ ਸੋ ਇਸ ਮੌਕੇ ਯੂनाइटेड ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਲੋਕ ਅ ਅਧਿਕਾਰ ਲਹਿਰ ਦੇ ਬਲਵਿੰਦਰ ਸਿੰਘ ਤੁਰੰਗਿਆਨ ਬੂਟਾ ਸਿੰਘ ਰਣਜੀਤ ਪਰਮਜੀਤ ਸਿੰਘ ਸੋਹਾਲੀ ਬੂਟਾ ਸਿੰਘ ਰੋਡੇ ਜਗਤਾਰ ਸਿੰਘ ਬਾਬਾ ਚਰਨਜੀਤ ਸਿੰਘ ਬਾਬਾ ਰੇਸ਼ਮ ਸਿੰਘ ਚਮਕੌਰ ਸਿੰਘ ਭਾਈ ਰੂਪਾ ਜਸਵਿੰਦਰ ਸਿੰਘ ਅ ਸਰਜੀਤ ਸਿੰਘ ਡੱਲਾ ਅਮਨਦੀਪ ਸਿੰਘ ਜਲੰਧਰ ਜਿਹੜੇ ਆ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਸੀਗੇ ਸੋ ਬਾਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਅੱਲਕੇ 31 ਜੁਲਾਈ ਨੂੰ ਬਹਿਬਲ ਕਲਾਂ ਦੇ ਵਿੱਚ ਮੋਰਚਾ ਵਾਲੀ ਥਾਂ ਦੇ ਉੱਪਰ ਇਨਸਾਫ ਪ੍ਰਤੀ ਪੰਥਕ ਇਕੱਠ ਜਿਹੜਾ ਉਹ ਹੋਇਆ ਸੀਗਾ ਉਸ ਇਕੱਠ ਦੇ ਉੱਪਰ ਵੀ ਅਸੀਂ ਬਿਲਕੁਲ ਗੱਲ ਕਰਾਂਗੇ ਸੋ ਉਸ ਦੀ ਵੀ ਗੱਲ ਜਿਹੜੀ ਹੈ ਅੱਜ ਇਹਨਾਂ ਜਥੇਬੰਦੀਆਂ ਵੱਲੋਂ ਚੁੱਕੀ ਗਈ ਹੈ ਸੋ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ 2015 ਦੇ ਵਿੱਚ ਵਾਪਰੀਆਂ ਘਟਨਾਕਰਮ ਦੇ ਮੁਲਜ਼ਮਾਂ ਨੂੰ ਸਜ਼ਾ ਦੇਣ ਦਾ ਵਾਅਦਾ ਜੋ ਕੀਤਾ ਗਿਆ ਸੀਗਾ ਬਹਿਬਲ ਕਲਾਂ ਦੇ ਵਿੱਚ ਜੋ ਇੱਕ ਸੰਘਰਸ਼ ਆਲਰੇਡੀ ਚੱਲ ਰਿਹਾ ਹੈ ਉਸ ਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਨੇ ਨਵ 6 April ਨੂੰ ਗੱਲ ਕਰਕੇ 3 ਮਹੀਨਿਆਂ ਦਾ ਸਮਾਂ ਮੰਗਿਆ ਸੀ ਇਸ ਸਮੇਂ ਦੀ ਸਮਾਪਤੀ ਤੇ ਜਿਹੜੀ ਆ ਉਹ ਵੀ ਹੋ ਚੁੱਕੀ ਹੈ ਸੋ ਉਸ ਦੇ ਉੱਪਰ ਅਜੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਹੋ ਸਕੀ ਜਿਸ ਨੂੰ ਲੈ ਕੇ ਵੀ ਜਿਹੜਾ ਕਿ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਰੋਸ ਜਿਹੜਾ ਉਹ ਸਾਹਮਣੇ ਆਇਆ ਸੋ ਪੰਜਾਬ ਸਰਕਾਰ ਵੱਲੋਂ ਜੁਲਾਈ ਨੂੰ ਮੋਰਚੇ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਵੀ ਕੀਤੀ ਗਈ ਸੀ ਔਰ ਉੱਥੇ ਕੁਲਤਾਰ ਸਿੰਘ ਸੰਧਵਾ ਅਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਨੇ 6 ਮਹੀਨੇ ਦਾ ਹੋਰ ਸਮਾਂ ਜੜਾ ਉਹ ਮੰਗਿਆ ਸੀਗਾ ਸੋ ਵਹਿਬਲ ਕਲਾ ਜਦੋਂ ਕਿ 2015 ਦੇ ਵਿੱਚ ਗੁਰੂਗਨ ਸਾਹਿਬ ਜੀ ਦੀਆਂ ਬੇਦਬੀਆਂ ਹੁੰਦੀਆਂ ਬੇਦਬੀਆਂ ਤੋਂ ਬਾਅਦ ਰੋਸ ਪ੍ਰਦਰਸ਼ਨ ਹੁੰਦਾ ਉੱਥੇ ਦੋ ਸਿੱਖਾਂ ਦੀ ਜਾਨ ਚਲੀ ਜਾਂਦੀ ਹੈ ਪੁਲਿਸ ਦੀ ਗੋਲੀ ਦੇ ਨਾਲ ਔਰ ਦੂਸਰੀ ਜਗ੍ਹਾ ਵੀ ਜਿਹੜੀ ਹੈ ਕਿ ਉੱਥੇ ਮਾਰਕਟ ਹੁੰਦੀ ਆ ਸੈਂਕੜੇ ਸਿੱਖ ਜਿਹੜੇ ਆ ਉਹ ਜ਼ਖਮੀ ਹੁੰਦੇ ਆ ਉਹਨਾਂ ਦਾ ਮਸਲਾ ਜਿਹੜਾ ਉਹ ਅਜੇ ਜਿਉਂ ਦਾ ਤਿਉਂ ਪਿਆ ਹੋਇਆ ਸੋ ਇਸ ਦੇ ਵਿੱਚ ਸਰਕਾਰਾਂ ਜਿਹੜੀਆਂ ਉਹ ਚੇਂਜ ਹੋਈਆਂ ਬਾਦਲ ਸਰਕਾਰ ਦੇ ਸਮੇ ਇਹ ਸਾਰਾ ਕੁਝ ਵਾਪਰਦਾ ਉਸ ਵੇਲੇ ਬਾਦਲਾ ਦੀ ਸਰਕਾਰ ਸੀ ਔਰ ਉਸ ਤੋਂ ਬਾਅਦ ਕਾਂਗਰਸ ਜਿਹੜੀ ਆ ਪੰਜਾਬ ਦੇ ਵਿੱਚ ਸਤਾ ਦੇ ਵਿੱਚ ਆਂਦੀ ਹੈ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਵਜੋਂ 4.5 ਸਾਲ ਉਹਨਾਂ ਨੇ ਕੰਮ ਕਰਿਆ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ 6 ਮਹੀਨੇ ਉਹਨਾਂ ਨੇ ਗੱਲਬਾਤ ਇਸ ਮਸਲੇ ਦੇ ਉੱਪਰ ਵੀ ਕੀਤੀ ਸੀ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਕਿ ਜੋ ਬੇਬਲ ਕਲਾ ਦੇ ਵਿੱਚ ਗੁਰਗਨ ਸਾਹਿਬ ਜੀ ਦੀ ਵੇਦਬੀਆਂ ਹੋਈਆਂ ਸੀ ਜਾਂ ਗੋਲੀ ਕਾਂਡ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਫੜ ਕੇ ਅੰਦਰ ਕਰਾਂਗੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਵੀ ਇਹ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਇਵਨ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਦਿੱਲੀ ਦੇ ਮੁੱਖ ਮੰਤਰੀ ਹੈਗੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਸ ਵੇਲੇ ਚੋਣ ਮਹਿੰਮ ਚੱਲ ਰਹੀ ਸੀ ਉਸ ਵੇਲੇ ਖੁੱਲੇ ਆਮ ਪੰਜਾਬ ਦੇ ਵਿੱਚ ਆ ਕੇ ਗੱਲ ਕੀਤੀ ਸੀ ਕਿ ਆਂਦੇ ਸਭ ਤੋਂ ਪਹਿਲਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਜਿਹੜਾ ਉਹ ਸਜ਼ਾਵਾ ਦਵਾਉਣਗੇ ਸੋ ਤਕਰੀਬਨ ਹੁਣ ਸਰਕਾਰ ਜਿਹੜੀ ਆ ਉਹ ਆਪਣਾ ਅੱਛੇ 6 ਮਹੀਨੇ ਦਾ ਸਮਾਂ ਜਿਹੜਾ ਉਹ ਪੂਰਾ ਕਰਨ ਜਾ ਰਹੀ ਆ ਪਰ ਅਜੇ ਤੱਕ ਨਾ ਤੇ ਅਬੇਦਵੀਆਂ ਦੇ ਮਸਲੇ ਦੇ ਉੱਪਰ ਕੋਈ ਗੱਲਬਾਤ ਹੋਈ ਹੈ ਨਾ ਹੀ ਅਜੇ ਕੋਈ ਕਾਰਵਾਈ ਕੀਤੀ ਗਈ ਹੈ ਔਰ ਨਾ ਹੀ ਇਹਨਾਂ ਦੀ ਕੋਈ ਗੱਲਬਾਤ ਜਿਹੜੀ ਸੁਣੀ ਗਈ ਹੈ ਬੇਸ਼ੱਕ ਪਿਛਲੇ ਸਮੇਂ ਦੌਰਾਨ ਜਿਹੜੇ ਕੁਲਤਾਰ ਸਿੰਘ ਸੰਧਵਾ ਪੰਜਾਬ ਦੇ ਸਪੀਕਰ ਹੈਗੇ ਆ ਔਰ ਨਾਲ ਜੇਲ੍ਹ ਮੰਤਰੀ ਹਰਜੋਤ ਸਿੰਘ ਬਿਆਸ ਜਿਹੜੇ ਹੈਗੇ ਆ ਉਹ ਇਸ ਧਰਨੇ ਵਾਲੀ ਥਾਂ ਦੇ ਉੱਪਰ ਗਏ ਸੀ ਪਰ ਉਸਤੇ باوجود ਵੀ ਜਿਹੜੀ ਆ ਉਹਨਾਂ ਨੇ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਆ ਸੋ ਹੁਣ ਪੰਜਾਬ ਦੇ ਲੋਕਾਂ ਵੱਲੋਂ ਜਾਂ ਸਿੱਖ ਕੌਮ ਦੇ ਨਮਾਇੰਦਿਆਂ ਵੱਲੋਂ ਇਸ ਗੱਲ ਦੇ ਉੱਪਰ ਇੱਕ ਵਾਰ ਫੇਰ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਦੀ ਗੱਲਬਾਤ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਅਜੇ ਤੱਕ ਨਹੀਂ ਮੰਨੀਆਂ ਗਈਆਂ ਸੋ ਉਹਨਾਂ ਨੇ ਕਿਹਾ ਜੀ ਕਿ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇੱਕ ਵਾਰ ਫੇਰ ਜਿਹੜਾ ਮੋਰਚਾ ਉਹ ਸ਼ੁਰੂ ਕਰਾਂਗੇ ਪਰ ਦੂਸਰੇ ਪਾਸੇ ਸਰਕਾਰ ਨੇ ਹੋਰ ਸਮਾਂ ਜਿਹੜਾ ਉਹ ਮੰਗਣ ਦੀ ਗੱਲ ਕੀਤੀ ਹੈ ਕਿ ਸਰਕਾਰ ਨੂੰ ਹੋਰ ਸਮਾਂ ਜਿਹੜਾ ਉਹ ਦਿੱਤਾ ਜਾਏ ਔਰ ਸਰਕਾਰ ਇਸ ਸਮੇਂ ਦੌਰਾਨ ਉਹਨਾਂ ਮਸਲਿਆਂ ਦੇ ਉੱਪਰ ਜਿਹੜੀ ਆ ਉਹ ਗੱਲਬਾਤ ਕਰੇਗੀ ਔਰ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਜਿਹੜੀ ਆ ਉਹ ਗੱਲ ਕਰੇਗੀ ਸੋ ਸਮੇਂ-ਸਮੇਂ ਦੇ ਉੱਪਰ ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਰਹਿੰਦੀਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਚਾਰ ਮੁੱਖ ਮੰਤਰੀ ਜਿਹੜੇ ਆ ਉਹ ਬਦਲ ਚੁੱਕੇ ਆ ਔਰ ਕਿਸੇ ਨੇ ਵੀ ਅਜੇ ਤੱਕ ਗੁਰੂਗ੍ਰੰਥ ਸਾਹਿਬ ਜੀ ਦੇ ਅਬੇਦਵੀਆਂ ਦੇ ਦੋਸ਼ੀਆਂ ਦੇ ਉੱਪਰ ਕੰਮ ਕਰਨ ਦੀ ਗੱਲਬਾਤ ਨਹੀਂ ਕੀਤੀ ਨਾ ਹੀ ਉਹਨਾਂ ਅਫਸਰਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਹੈ ਨਾ ਹੀ ਉਹਨਾਂ ਬਾਬਲ ਕਲੇ ਬਾਬਲ ਕਲਾ ਦੇ ਵਿੱਚ ਵਾਪਰੀ ਗੋਲੀ ਕਾਂਟ ਦੇ ਦੋਸ਼ੀਆਂ ਦੇ ਉੱਪਰ ਕੋਈ ਸਜ਼ਾਵਾ ਜੜੀਆਂ ਦਵਾਈਆਂ ਗਈਆਂ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਇਨਸਾਫ ਦੇਣ ਦੀ ਗੱਲਬਾਤ ਉਹ ਕੀਤੀ ਗਈ ਹੈ ਸੋ ਬਾਬਲ ਕਲਾ ਦੇ ਮਸਲੇ ਦੇ ਉੱਪਰ ਵੀ ਜਿਹੜਾ ਇੱਕ ਵਾਰ ਫਿਰ ਜਿਹੜਾ ਮਾਹੌਲ ਹੈ ਉਹ ਭਖਦਾ ਨਜ਼ਰ ਆ ਰਿਹਾ ਸੋ ਸੁਨਾਮ ਦੇ ਵਿੱਚ ਭਗਵੰਤ ਮਾਨ ਅ ਦੇਕੰਨਾ ਤੱਕ ਆਵਾਜ਼ ਪਹੁੰਚਾਉਣ ਲਈ ਦੋ ਬੇਰੁਜ਼ਗਾਰ ਅਧਿਆਪਕ ਜਿਹੜੇ ਆ ਮੋਬਾਈਲ ਟਾਵਰ ਦੇ ਉੱਤੇ ਚੜ ਕੇ ਸੁਨਾਮ ਦੇ ਉਦਮ ਸਿੰਘ ਜੀ ਵਾਲੇ ਰਿਆਨਵਲੇ ਸੀਗੇ ਸੋ ਆ ਟੀਟੀਆਈ ਆ ਪੀਟੀਆਈ 646 ਬੇਰੁਜ਼ਗਾਰ ਜੂਨੀਅਨ ਦੇ ਵਰਕਰਾਂ ਨੂੰ ਪੁਲਿਸ ਨੇ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ ਸੋ ਬੇਰੋਜ਼ਗਾਰੀ ਜਿਹੜੀ ਆ ਇੱਕ ਬਹੁਤ ਵੱਡਾ ਮੁੱਦਾ ਹੈਗਾ ਸਰਕਾਰ ਨੇ ਸਮੇਂ-ਸਮੇਂ ਦੇ ਉੱਪਰ ਬੇਰੋਜ਼ਗਾਰਾਂ ਦੇ ਲਈ ਜਿਹੜੀ ਆ ਉਹ ਨੀਤੀਆਂ ਜਾਂ ਐਲਾਨ ਜਿਹੜੇ ਆ ਉਹ ਕਰਦੇ ਰਹੀ ਆ ਚਾਹੇ ਉਹ ਅਕਾਲੀ ਸਰਕਾਰ ਸੀ ਕੀ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਕੀ ਆ ਇਹ ਨਵੀਂ ਸਰਕਾਰ ਆ ਆਮ ਆਦਮੀ ਪਾਰਟੀ ਦੀ ਆਈ ਹੈ ਭਗਵੰਤ ਮਾਨ ਹੋਰਾਂ ਦੇ ਅਧੀਨ ਸੋ ਇਹਨਾਂ ਨੇ ਵੀ ਜਿਹੜੀ ਆ ਉੱਤੇ ਬਿਆਨਬਾਜ਼ੀ ਜਿਹੜੀ ਆ ਉਹ ਡੈਫੀਨੇਟਲੀ ਕੀਤੀ ਹੋਈ ਆ ਪਰ ਦੂਸਰੇ ਪਾਸੇ ਜਿਹੜੇ ਬੇਰੋਜ਼ਗਾਰ ਅਧਿਆਪਕ ਹੈਗੇ ਆ ਉ ਆਪਣੀਆਂ ਮੰਗਾਂ ਮਨਾਉਣ ਦੇ ਲਈ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਕੁਝ ਅਧਿਆਪਕਾਂ ਨੇ ਆਪਣੇ ਉੱਪਰ ਤੇਲ ਸੁੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਆ ਔਰ ਕਈਆਂ ਨੂੰ ਜਿਹੜਾ ਕਿ ਭਗਵੰਤ ਮਾਨ ਹੋਰਾਂ ਦੇ ਵਿਆਹ ਜੇ ਬਾਹਰ ਜਿਹੜਾ ਪੁਲਿਸ ਵੱਲੋਂ ਕਾਫੀ ਜਿਹੜਾ ਮਾਰਕੁੱਟ ਦਾ ਵੀ ਸਾਹਮਣਾ ਕਰਨਾ ਪਿਆ ਸੋ ਪੀਟੀਆਈ ਦੇ 646 ਬੇਰੁਜ਼ਗਾਰ ਯੂਨੀਅਨ ਦੇ ਵਰਕਰਾਂ ਨੂੰ ਪੁਲਿਸ ਨੇ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਨੇ ਇਸ ਦੀ ਕਾਰਵਾਈ ਤੋਂ ਬਾਅਦ ਔਰ ਜਿਹੜਾ ਵਿੱਚ ਆਏ ਜਿੱਥੇ ਬੰਦੀਆਂ ਦੇ ਦੋ ਮੈਂਬਰ ਸਥਾਨਕ ਕਰਮਚਾਰੀਆਂ ਸਾਹਮਣੇ ਮੋਬਾਈਲ ਟਾਵਰ ਉੱਤੇ ਚੜ ਗਏ ਇਸ ਮੌਕੇ ਮੌਜੂਦਾ ਕਿਸ਼ਨ ਸਿੰਘ ਨਾਭਾ ਅਤੇ ਹਰਿੰਦਰ ਸਿੰਘ ਨੇ ਦੱਸਿਆ ਕਿ ਸਾਲ 2011 ਦੇ ਵਿੱਚ ਪੀਟੀਆਈ ਅਧਿਆਪਕਾਂ ਦੀਆਂ 646 ਨੌਕਰੀਆਂ ਲਈ ਜਿਹੜਾ ਉਹ ਗੱਲਬਾਤ ਸਾਹਮਣੇ ਕੀਤੀ ਗਈ ਸੀ ਪਰ ਉਸ ਵੇਲੇ ਬਾਦਲ ਸਰਕਾਰ ਵਜੋਂ ਜਿਹੜਾ ਕਿ ਇਹ ਨੌਕਰੀਆਂ ਜਿਹੜੀਆਂ ਇਤਿਹਾਸ ਇਤਿਹਾਸ ਜਿਹੜੇ ਉਹ ਕੱਢੇ ਗਏ ਸੀਗੇ ਨੋਟੀਫਿਕੇਸ਼ਨਾਂ ਜਿਹੜੀਆਂ ਉਹ ਜਾਰੀ ਕੀਤੀ ਗਈਆਂ ਸੀਗੀਆਂ ਪਰ ਉਹਨਾਂ ਦੇ ਉੱਪਰ ਨਾਤੇ ਕੋਈ ਇਹੋ ਜੀ ਗੱਲਬਾਤ ਕੀਤੀ ਗਈ ਹੈ ਕਿ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸੋ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਜੀ ਕਿ ਅਜੇ ਤੱਕ ਨਾਤੇ ਸਾਨੂੰ ਪੀਟੀਆਈ ਦੇ ਜਿਹੜੇ ਬੇਰੋਜ਼ਗਾਰ ਵਿਦਿਆਪਕ ਹੈਗੇ ਆ ਸਾਨੂੰ ਕੋਈ ਨੌਕਰੀ ਮਿਲੀ ਹੈ ਨਾ ਹੀ ਸਾਡੀਆਂ ਕੋਈ ਆ জবਸ ਜਿਹੜੀਆਂ ਉਹ ਨਿਕਲੀਆਂ ਹੈਗੀਆਂ ਸੋ ਉਸ ਨੂੰ ਲੈ ਕੇ ਹੁਣ ਜਿਹੜਾ ਕਿ ਉਹ ਦੋ ਅਧਿਆਪਕ ਜਿਹੜੇ ਆ ਉਹ ਮੋਬਾਈਲ ਟਾਵਰ ਦੇ ਉੱਪਰ ਚੜ ਕੇ ਆਪਣੀ ਗੱਲ ਜਿਹੜੀ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਉਣ ਦੀ ਜਿਹੜੀ ਗੱਲਬਾਤ ਉਹ ਕਰ ਰਹੇ ਸੀ ਉਹਨਾਂ ਨੇ ਕਿਹਾ ਜੀ ਕਿ ਇਸ ਤੋਂ ਬਾਅਦ ਹੁਣ ਤੱਕ ਲਗਾਤਾਰ ਚਾਰ ਮੁੱਖ ਮੰਤਰੀ ਜਿਹੜੇ ਆ ਪੰਜਾਬ ਦੀ ਸਤਾ ਵਿੱਚ ਆਏ ਹਨ ਉਹਨਾਂ ਨੇ ਪੀਟੀਆਈ ਬੇਰੁਜ਼ਗਾਰ ਅਧਿਆਪਕਾਂ ਦੀ ਨਹੀਂ ਸੁਣੀ ਔਰ ਇਸ ਮੌਕੇ ਦੇ ਉੱਪਰ ਵਕੀਲ ਰਾਮ ਮਾਨਸਾ ਅਤੇ ਅੰਗਰੇਜ਼ ਸਿੰਘ ਮਾਨਸਾ ਟਾਵਰ ਤੇ ਚੜ ਗਏ ਅਤੇ ਪੰਜਾਬ ਸਰਕਾਰ ਖਿਲਾਫ ਜਿਹੜੀ ਆ ਉਹਨਾਂ ਨੇ ਨਾਰੇਬਾਜੀ ਵੀ ਕੀਤੀ ਹੈ ਸੋ ਜਿੱਥੇ ਕਿ ਸਰਕਾਰ ਬੇਸ਼ੱਕ ਲੋਕਾਂ ਦੇ ਨਾਲ ਵਾਅਦੇ ਤੇ ਜਰੂਰ ਕਰਦੀ ਪਈ ਹੈ ਕਿ ਅਸੀਂ ਬੇਰੋਜ਼ਗਾਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਖਤਮ ਕਰਾਂਗੇ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਵਾਂਗੇ ਅਸੀਂ ਨਵੀਆਂ ਲਿਸਟਾਂ ਜਿਹੜੀਆਂ ਉਹ ਤਿਆਰ ਕੀਤੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਉਹ ਜਾਰੀ ਕਰਨ ਜਾ ਰਹੇ ਆ ਪਰ ਦੂਸਰੇ ਪਾਸੇ ਜਿਹੜੀ ਬੇਰੋਜ਼ਗਾਰਾਂ ਵੱਲੋਂ ਇੱਕ ਰੋਜ਼ ਪ੍ਰਦਰਸ਼ਨ ਦੀ ਮਹਿੰਮ ਆ ਉਹ ਲਗਾਤਾਰ ਜਾਰੀ ਹੈ ਜਿਹੜੇ ਬੇਰੋਜ਼ਗਾਰ ਆ ਉਹ ਲਗਾਤਾਰ ਆਪਣੀ ਰੋਜ਼ ਪ੍ਰਦਰਸ਼ਨ ਕਰਕੇ ਆਪਣੀਆਂ ਮੰਗਾਂ ਮਣਵਾਉਣ ਦੀ ਜਿਹੜੀ ਗੱਲਬਾਤ ਆ ਉਹ ਚੁੱਕ ਰੇ ਆ ਪਰ ਸਰਕਾਰ ਇਹਨਾਂ ਮਸਲਿਆਂ ਦੇ ਉੱਪਰ ਅਜੇ ਤੱਕ ਕੋਈ ਠੋਸ ਕਦਮ ਜਿਹੜੀ ਆ ਉਹ ਨਹੀਂ ਚੁੱਕ ਸਕੇ ਸੋ ਹੁਣ ਜਿਹੜੇ ਬੇਰੋਜ਼ਗਾਰ ਅਧਿਆਪਕ ਹੈਗੇ ਆ ਉਹ ਇਹਨਾਂ ਨੇ ਆਪਣਾ ਧਰਨਾ ਲਾਇਆ ਹੋਇਆ ਸੋ ਉਹਨਾਂ ਨੇ ਟਾਵਰ ਦੇ ਉੱਪਰ ਚੜ ਕੇ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਜਿਹੜੀ ਆ ਕਿ ਗੱਲ ਚੁੱਕੀ ਆ ਸੋ ਟਾਵਰ ਦੇ ਉੱਪਰ ਚੜ ਕੇ ਉਹਨਾਂ ਨੇ ਆਪਣੀ ਮੰਗਾਂ ਮੰਵਾਉਣ ਦੇ ਲਈ ਜਿਹੜਾ ਕਿ ਨਾਰੇਬਾਜ਼ੀ ਕੀਤੀ ਆ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਆਪਣੀਆਂ ਮੰਗਾਂ ਦਸਾਉਣ ਦੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਕਿ ਚਾਰ ਮੁੱਖ ਮੰਤਰੀ ਜਿਹੜੇ ਆ ਹੁਣ ਤੱਕ ਬਦਲ ਚੁੱਕੇ ਆ ਔਰ ਕੋਈ ਵੀ ਅਜੇ ਤੱਕ ਉਹਨਾਂ ਦੀ ਨੌਕਰੀ ਦੀ ਗੱਲਬਾਤ ਸਾਹਮਣੇ ਨਹੀਂ ਆ ਰਹੀ ਆ ਸੋ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਕਿ ਸੱਦਾ ਦਿੱਤਾ ਹੋਇਆ ਸੀਗਾ ਉਸ ਤੇ ਸੱਦੇ ਦੇ ਉੱਪਰ ਕਿਸਾਨਾਂ ਨੇ ਟੋਲ ਪਲਾਜ਼ੇ ਜਿਹੜੇ ਆ ਜਾਮ ਕਰਕੇ ਆਵਾਜ਼ਾਂ ਵੀ ਜਿਹੜੀ ਆ ਉਹ ਠੱਪ ਕੀਤੀ ਹੋਈ ਸੀ ਸੋ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਇੱਕ ਲੰਬਾ ਸੰਘਰਸ਼ ਲੜਿਆ ਅ ਇਸ ਤੇ ਵਿੱਚ ਹੁਣ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਹੜੇ ਟੋਲ ਪਲਾਜ਼ੇ ਹੈਗੇ ਆ ਉਹਨਾਂ ਨੂੰ ਬਲਾਕ ਕੀਤਾ ਹੋਇਆ ਸੀਗਾ ਉਹਨਾਂ ਨੂੰ ਬੰਦ ਕੀਤਾ ਹੋਇਆ ਸੀਗਾ ਸੋ ਉਹਨਾਂ ਨੇ ਹੁਣ ਜਿਹੜੀ ਆਵਾਜ਼ਾਂ ਵੀ ਆ ਉਹ ਠੱਪ ਰੱਖੀ ਆ ਅਕੀਤੀ ਖੇਤੀ ਕਾਨੂੰਨਾ ਦੇ ਸੰਘਰਸ਼ ਦੀ ਮਲਤਵੀ ਮੋਕੇ ਕੇਂਦਰ ਸਰਕਾਰ ਵੱਲੋਂ ਕਿਤੇ ਵਾਦੇ ਪੂਰੇ ਨਾ ਕਰਨ ਅਤੇ ਲਖੀਮਪੁਰ ਦੀ ਘਟਨਾ ਸੰਬੰਧਿਤ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤ ਕੀ ਲੈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਪਿੰਡ ਚੀਮਾ ਨੇੜੇ ਟੋਲ ਪਲਾਜ਼ਾ ਜਿਹੜਾ ਉੱਪਰ ਮੋਗੇ ਰੋਡ ਜਾਮ ਕਰਕੇ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਸੀਗਾ ਸੋ ਇਸ ਮੌਕੇ ਤੇ ਜਥੇਬੰਦੀ ਆਗੂ ਰੂਪ ਵਿੱਚ ਛੰਨਾ ਜ਼ਿਲ੍ਹਾ ਪ੍ਰਧਾਨ ਚਮਕੋਰ ਸਿੰਘ ਨਨੇਵਾਲ ਸੁਖਦੇਵ ਸਿੰਘ ਗੁਰਨਾਮ ਸਿੰਘ ਫੌਜੀ ਦਰਸ਼ਨ ਚੀਮਾ ਅਤੇ ਸੰਦੀਪ ਚੀਮਾ ਵੀ ਜਿਹੜੇ ਆ ਉਹ ਸ਼ਾਮਲ ਹੋਏ ਸੀਗੇ ਸੋ ਉਹਨਾਂ ਨੇ ਕਿਹਾ ਜੀ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਉੱਪਰ ਐਮਐਸਪੀ ਦੇਣ ਕਿਸਾਨਾਂ ਦੇ ਉੱਤੇ ਦਰਜ ਪਰਚੇ ਰੱਦ ਕਰਨ ਅੰਦੋਲਨ ਦੇ ਸ਼ਹੀਦਾ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਅਤੇ ਮੁਆਵਜ਼ਾ ਦੇਣ ਦੀ ਮੰਗ ਜਿਹੜੀ ਆ ਉਹ ਪੂਰੀ ਨਹੀਂ ਕੀਤੀ ਗਈ ਸੀ ਸੋ ਇਹ ਵੱਖ-ਵੱਖ ਥਾਵਾਂ ਦੇ ਉੱਪਰ ਇਸ ਤਰ੍ਹਾਂ ਦੇ ਮੋਰਚੇ ਜਿਹੜੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜਿਹੜੀ ਜਥੇਬੰਦੀ ਸੀਗੀ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਸੋ ਉਹਨਾਂ ਦੇ ਸੱਦੇ ਦੇ ਉੱਪਰ ਅੱਜ ਇਹ ਵੱਖ-ਵੱਖ ਥਾਂ ਦੇ ਉੱਪਰ ਜਿਹੜੀ ਹੈ ਪ੍ਰਦਰਸ਼ਨ ਕਾਰੀ ਜਿਹੜੀ ਆ ਉਹ ਕੀਤੀ ਗਈ ਹੈ ਸੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਵਲੂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ਾ ਜਿਹੜਾ ਉਹ ਬੰਦ ਕੀਤਾ ਹੋਇਆ ਸੀਗਾ ਸੋ ਵੱਡਾ ਇਕੱਠ ਕਰਕੇ ਕੇਂਦਰ ਸਰਕਾਰ ਨੂੰ ਨਾਰੇਬਾਜੀ ਕੀਤੀ ਤੇ ਇਸੇ ਮੌਕੇ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਮਜ਼ਦੂਰ ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਲੜਾਈ ਲੜਨੀ ਪੈਣੀ ਹੈ ਸੋ ਇਸੇ ਤਰ੍ਹਾਂ ਨੇ ਨੂੰ ਸੂਬੇ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਜਸਵੰਤ ਸਿੰਘ ਟੋਲੇ ਵਾਲਾ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਨਕ ਅ ਅਜਾਜ ਸਿੰਘ ਲਖੋਵਾਲ ਹਰਬੰਸ ਸਿੰਘ ਲੱਡਾ ਦਰਸ਼ਨ ਸਿੰਘ ਸ਼ਹਾਦਰੀ ਗੋਬਿੰਦ ਸਿੰਘ ਮੰਗੇਵਾਲ ਰঞ্জੀਤ ਸਿੰਘ ਲੋਂਗੋਵਾਲ ਮਨਜੀਤ ਸਿੰਘ ਘੜੋਚ ਦਰਸ਼ਨ ਸਿੰਘ ਕਿਲਾ ਜਸਪੀਰ ਸਿੰਘ ਗੜਕੂੜਾ ਰঞ্জੀਤ ਸਿੰਘ ਮਹਿਲਾ ਨੇ ਜਿਹੜਾ ਉਹ ਸਬੋਧਨ ਕੀਤਾ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਆਪਣੀਆਂ ਬਕਾਇਆ ਪਈਆਂ ਮੰਗਾਂ ਨੂੰ ਮਨਾਉਣ ਲਈ ਸ਼ਹਿਰ ਚੋ ਲੰਗੀ ਮੁੱਖ ਸੜਕ ਨੂੰ ਜਾਮ ਕਰਕੇ ਅਤੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਜਿਹੜੀ ਨਾਰੇਬਾਜ਼ੀ ਕੀਤੀ ਗਈ ਹੈ ਸੋ ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਜਿਲਾ ਆਗੂ ਗੁਰਪਾਲ ਗੁਰਪਾਸ਼ ਸਿੰਘ ਸਿੰਘੇਵਾਲ ਮੀਤ ਪ੍ਰਧਾਨ ਹਰਬੰਦ ਸਿੰਘ ਕੋਟਲੀ ਅਤੇ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਤਰ ਸੇਮ ਸਿੰਘ ਨੇ ਵੀ ਜਿਹੜਾ ਉਹ ਲੋਕਾਂ ਨੂੰ ਸੰਬੋਧਨ ਕੀਤਾ ਤਰਨੇ ਦਾ ਪ੍ਰਬੰਧ ਗੁਰਜੰਟ ਸਿੰਘ ਪਿੰਡ ਮਲੋਟ ਦੇ ਸਥਾਨਕ ਹੋਰ ਕਿਸਾਨਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਕੀਤਾ ਗਿਆ ਸੀਗਾ ਸੋ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹਿਤ ਤੱਕ ਪੈਂਡਿੰਗ ਸੀਗੀਆਂ ਉਹਨਾਂ ਨੂੰ ਲੈ ਕੇ ਇਹ ਮੋਰਚਾ ਜਿਹੜਾ ਇਹ ਲਾਇਆ ਗਿਆ ਸੀਗਾ ਟੋਲ ਪਲਾਜ਼ੇ ਜਿਹੜੇ ਆ ਬੰਦ ਕੀਤੇ ਗਏ ਸੀਗੇ ਸੋ ਇਸ ਦੇ ਵਿੱਚ ਐਮਐਸਪੀ ਦੀ ਗੱਲ ਕੀਤੀ ਗਈ ਹੈ ਜਿਹੜੇ ਕਿਸਾਨਾਂ ਦੀਆਂ ਜਾਨਾਂ ਇਸ ਸੰਘਰਸ਼ ਦੌਰਾਨ ਕਿਸਾਨੀ ਸੰਘਰਸ਼ ਦੌਰਾਨ ਗਈਆਂ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੀ ਗੱਲ ਜਾਂ ਬਾਤ ਜਿਹੜੀ ਆ ਚੁੱਕੀ ਗਈ ਹੈ ਬੇਸ਼ੱਕ ਕਾਂਗਰਸ ਸਰਕਾਰ ਵੱਲੇ ਜਾਂ ਫਿਰ ਆਮ ਆਦਮੀ ਪਾਰਟੀ ਜਿਹੜੀ ਹੈ ਉਹਨਾਂ ਨੇ ਇਸ ਗੱਲ ਦਾ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਆਏਗੀ ਤੇ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਜਿਹੜੀਆਂ ਉਹ ਨੌਕਰੀਆਂ ਦੇਣ ਦੀ ਵੀ ਗੱਲਬਾਤ ਉਹਨਾਂ ਨੇ ਕੀਤੀ ਸੀ ਪਰ ਅਜੇ ਤੱਕ ਇਹੋ ਜੀ ਕੋਈ ਗੱਲਬਾਤ ਸਾਹਮਣੇ ਨਹੀਂ ਆ ਰਹੀ ਇੱਕ ਵਾਰ ਫਿਰ ਕਿਸਾਨਾਂ ਵੱਲੋਂ ਜਿਹੜਾ ਕਿ ਹੁਣ ਧਰਨੇ ਲਾ ਕੇ ਆਪਣੀਆਂ ਮੰਗਾਂ ਮੰਨਵਾਉਣ ਦੀ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਰਹੀ ਆ ਸੋ ਇੱਕ ਵੱਡੇ ਪੱਧਰ ਦੇ ਉੱਪਰ ਇਹ ਅੱਜ ਮੋਰਚਾ ਜਿਹੜਾ ਉਹ ਲਗਾਇਆ ਗਿਆ ਸੀਗਾ ਇਸ ਮੋਰਚੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਗੁਰਾਹਾ ਦੇ ਜਿਹੜੇ ਆ ਨੁਮਾਇੰਦੇ ਹੋਰ ਉਹਨਾਂ ਦੇ ਸਪੋਰਟਰ ਜਿਹੜੇ ਉਹ ਪਹੁੰਚੇ ਸੀ ਉਹਨਾਂ ਵੱਲੋਂ ਜਿਹੜੀ ਨੈਸ਼ਨਲ ਹਾਈਵੇ ਜਿਹੜਾ ਉਹ ਬੰਦ ਕੀਤਾ ਗਿਆ ਬੰਦ ਕਰਕੇ ਆਪਣੀਆਂ ਮੰਗਾਂ ਮਣਾਉਣ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਆਜੇ ਮਿਸ਼ਰਾ ਜਿਹੜੇ ਗ੍ਰਹਿ ਮੰਤਰੀ ਹੈਗੇ ਆ ਉਹਨਾਂ ਦੀ ਬਰਖਾਸਤ ਦੀ ਵੀ ਮੰਗ ਕੀਤੀ ਆ ਔਰ ਨਾਲ ਦੀ ਨਾਲ ਜਿਹੜੇ ਲਖੀਮਪੁਰ ਖੇਰੀ ਦੇ ਵਿੱਚ ਚਾਰ ਕਿਸਾਨ ਕਤਲ ਕਰ ਦਿੱਤੇ ਗਏ ਸੀ ਉਹਨਾਂ ਦੇ ਲਈ ਵੀ ਇਨਸਾਫ ਦੀ ਜਿਹੜੀ ਗੱਲਬਾਤ ਆ ਉਹ ਕੀਤੀ ਗਈ ਹੈ ਸੋ ਤਰਨਾ ਜਿਹੜਾ ਉਹ ਅੱਜ ਲੱਗਿਆ ਸੀਗਾ ਸੋ ਤਰਨੇ ਦੇ ਵਿੱਚ ਆਪਣੀਆਂ ਮੰਗਾਂ ਮਣਾਉਣ ਦੇ ਲਈ ਇੱਕ ਵਾਰ ਫੇਰ ਕਿਸਾਨਾਂ ਵੱਲੋਂ ਜਿਹੜਾ ਆਪਣੀਆਂ ਆਵਾਜ਼ ਚੁੱਕੀ ਗਈ ਆਪਣੀਆਂ ਮੰਗਾਂ ਜਿਹੜੀਆਂ ਚੁੱਕੀਆਂ ਗਈਆਂ ਸੋ ਉਹਨਾਂ ਨੇ ਹੁਣ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਖਿਲਾਫ ਵੀ ਜਿਹੜੀ ਹੈ ਉਹ ਨਾਰੇਬਾਜੀ ਜਮ ਕੇ ਕੀਤੀ ਸੀਗੀ ਕਿਸਾਨਾਂ ਨੇ ਸੋ ਕਿਸਾਨਾਂ ਵੱਲੋਂ ਨਾਰੇਬਾਜੀ ਦਾ ਜਿਹੜਾ ਉਹ ਅੱਜ ਪ੍ਰੋਗਰਾਮ ਉਹ ਲਗਾਤਾਰ ਚੱਲਦਾ ਰਿਹਾ ਸੋ ਦੂਸਰੇ ਪਾਸੇ ਮਲੇਰਕੋਟਲੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਮਲੇਰਕੋਟਲੇ ਦੇ ਵਿੱਚ ਅੰਨ ਪਛਾਤੇ ਆ ਵਕਤਿਆਂ ਵੱਲੋਂ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੂੰ ਗੋਲੀ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੋ ਨਗਰ ਕਾਉਂਸਲ ਮਲੇਰਕੋਟਲੇ ਦੇ ਕਾਉਂਸਲਰ ਮੁਹੰਮਦ ਅਕਬਰ ਉਰਫ ਪੋਲੀ ਜਿਹੜੇ ਕਿ 40 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਉਹਨਾਂ ਦੀ ਸਵੇਰੇ ਕਰੀਬ 8 ਵਜੇ ਅੰਤ ਚਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਸੋ ਇਹ ਕਾਉਂਸਲਰ ਹੈਗੇ ਸੀਗੇ ਮਲੇਰਕੋਟਲੇ ਦੇ ਵਿੱਚੋਂ ਮਲੇਰਕੋਟਲੇ ਦੇ ਕਾਉਂਸਲਰ ਦੀ ਜਿਹੜੀ ਆ ਉਹ ਅੱਜ ਸਵੇਰੇ 8 ਵਜੇ ਜਿਹੜੀ ਆ ਉਹ ਹਤਿਆ ਕਰ ਦਿੱਤੀ ਜਾਂਦੀ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਅਣਪਛਾਤੇ ਲੋਕਾਂ ਵੱਲੋਂ ਕਾਉਂਸਲਰ ਦਾ ਆਮ ਆਦਮੀ ਪਾਰਟੀ ਦਾ ਕਾਉਂਸਲਰ ਸੀਗੇ ਜਿਨ੍ਹਾਂ ਦਾ ਨਾਮ ਮੁਹੰਮਦ ਅਕਬਰ ਸੀਗਾ ਸੋ ਉਹਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਸੋ ਮੁਹੰਮਦ ਅਕਬਰ ਉਰਫ ਭੋਲੀ ਰੋਜ਼ਾਨਾ ਦੀ ਤਰ੍ਹਾਂ ਸਥਾਨਕ ਲੁਧਿਆਣਾ ਬਾਈਪਾਸ ਨੇੜੇ ਸਥਿਤ ਆਪਣੇ ਅਕਬਰ ਜਿਮ ਵਿੱਚ ਮੌਜੂਦ ਸੀ ਇੱਕ ਨੌਜਵਾਨ ਕਲੱਬ 'ਚ ਦਾਖਲ ਹੋ ਕੇ ਮੁਹੰਮਦ ਅਕਬਰ ਉਰਫ ਭੋਲੀ ਤੇ ਗੋਲੀ ਚਲਾਉਣ ਉਪਰੰਤ ਜਿੰਮ ਦੇ ਬਾਹਰ ਖੜੇ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਆ ਮੁਹੰਮਦ ਅਕਬਰ ਨੂੰ ਸਿਵਲ ਹਸਪਤਾਲ ਮਲੇਰ ਕੋਟਲਾ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਪਰ ਲੱਗਿਆ ਕਿ ਇਹਨਾਂ ਉੱਪਰ ਪੁਲਿਸ ਕਪਤਾਨ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜੜੀ ਹੈ ਸ਼ੁਰੂ ਕਰ ਦਿੱਤੀ ਹੈ ਥਾਣਾ ਸ਼ਹੀਰ ਇੱਕ ਦੀ ਪੁਲਿਸ ਨਿਮ੍ਰਿਤਕ ਦੀ ਪਤਨੀ ਅਕਬਰੀ ਦੇ ਬਿਆਨ ਤੇ ਅਣਪਛਾਤੇ ਖਿਲਾਫ ਧਾਰਾ 302 ਚੌਥੀ ਆਈਪੀਸੀ 2554 69 ਦੇ ਤਹਿਤ ਜਿਹੜਾ ਉਹ ਮਾਮਲਾ ਦਰਜ ਕਰ ਲਿਆ ਸੀਗਾ ਸੋ ਇਸ ਦੀ ਤਫਸੀਰ ਜਿਹੜੀ ਆ ਉਹ ਆਰੰਭ ਕਰ ਦਿੱਤੀ ਹੋਈ ਆ ਸੋ ਜਿਮ ਵਿੱਚ ਵੀ ਜਾ ਕੇ ਸਾਰੀ ਗੱਲਬਾਤ ਜਿਹੜੀ ਆ ਉਹ ਦੇਖੀ ਗਈ ਆ ਸੋ ਇਸ ਦੀ ਹੁਣ ਤਫਸੀਰ ਜਿਹੜੀ ਆ ਉਹ ਕੀਤੀ ਜਾ ਰਹੀ ਐ ਸੀਸੀਟੀਵੀ ਕੈਮਰੇਆਂ ਨੂੰ ਖੰਗਾਲਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਸੀਗਾ ਜਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਵਨੀਤ ਕੋਰ ਨੇ ਕਿਹਾ ਕਿ ਕਤਲ ਕਾਤਲ ਜਿਹੜੇ ਆ ਉਹ ਜਲਦੀ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਦੱਸਣ ਜੋਗ ਹੈ ਕਿ ਮ੍ਰਿਤਿਕ ਨੇ ਨਗਰ ਕੌਂਸਲ ਦੀ ਚੋਣਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੂ ਜਿੱਤੀ ਸੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਕਰੀਬ 2 ਸਾਲ ਪਹਿਲਾਂ ਮ੍ਰਿਤਕ ਦੇ ਭਰਾ ਦਾ ਵੀ ਗੋਲੀਆਂ ਮਾਰ ਕੇ ਜਿਹੜੀ ਆ ਉਹ ਹੱਤਿਆ ਕਰ ਦਿੱਤੀ ਗਈ ਸੀ। ਆ ਹਮਲਾ ਜਿਹੜਾ ਕਿ ਉਪਾਇਕ ਡਾਕਟਰ ਜ਼ਮੀਲ ਉਰਫ ਹਰੇ ਰਹਿਮੀਨ ਦੀ ਮ੍ਰਿਤਕ ਮੁਹੰਮਦ ਅਕਬਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਅਤੇ ਇਨਸਾਫ ਦੇ ਭਰੋਸਾ ਵੀ ਦਿਵਾਇਆ। ਸੋ ਮੁਹੰਮਦ ਅਕਬਰ ਜਿਹੜੇ ਕਿ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਸੀਗੇ ਉਹਨਾਂ ਨੂੰ ਸਰੇ 8 ਵਜੇ ਉਹਨਾਂ ਦੇ ਜਿਮ ਦੇ ਵਿੱਚ ਜਿਹੜਾ ਉਹ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਇੱਕ ਨੌਜਵਾਨ ਜਿਹੜਾ ਉਹਨਾਂ ਦੀ ਜਿਮ ਦੇ ਵਿੱਚ ਦਾਖਲ ਹੁੰਦਾ ਔਰ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕਰਕੇ ਜਿਹੜਾ ਕਿ ਦੂਸਰੇ ਸਾਥੀ ਦੇ ਨਾਲ ਉਥੋਂ ਭੱਜ ਨਿਕਲਦੇ ਆ ਸੋ ਇਹ ਮਸਲਾ ਜਿਹੜਾ ਉਹ ਹੁਣ ਸਾਹਮਣੇ ਆਇਆ ਇੱਕ ਹੋਰ ਆਮ ਆਦਮੀ ਪਾਰਟੀ ਪਿਛਲੇ 20 ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਨਾਲ ਜੁੜੇ ਹੋਏ ਨਮਾਇंदे ਸੀਗੇ ਉਹਨਾਂ ਦਾ ਵੀ ਅ ਕਤਲ ਦੀ ਜਿਹੜੀ ਆ ਉਹ ਗੱਲਬਾਤ ਸਾਹਮਣੇ ਆਈ ਸੀ ਸੋ ਹੁਣ ਕਾਉਂਸਲਰ ਜਿਹੜਾ ਆਮ ਆਦਮੀ ਪਾਰਟੀ ਦਾ ਉਸ ਦਾ ਕਤਲ ਜਿਹੜਾ ਉਹ ਹੋ ਜਾਂਦਾ ਸੋ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਉਹ ਮੁਹੰਮਦ ਅਕਬਰ ਆ ਜਿਸੇ ਲਈ ਆਪਣੀ ਜਿੰਮ ਦੇ ਵਿੱਚ ਉਹ ਸੀਗੇ ਸੋ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਵੀ ਖੰਗਾਲੇ ਜਾ ਰਹੇ ਆ ਉਹਨਾਂ ਦੇ ਉੱਪਰ ਵੀ ਜਿਹੜੀ ਆ ਪੁਲਿਸ ਹੁਣ ਆਪਣੀ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਸੋ ਆਧਾਰ ਨੰਬਰ ਨੂੰ ਵੋਟਰ ਸੂਚੀ ਨਾਲ ਜੋੜਨ ਦੇ ਵਿਸ਼ੇਸ਼ ਮੁਹਿੰਮ 1 ਅਗਸਤ ਤੋਂ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਹੈ ਸੋ ਅੱਜ 1 ਅਗਸਤ ਤੋਂ ਜਿਹੜੀ ਆ ਉਹ ਆ ਆਧਾਰ ਕਾਰਡ ਦੇ ਨਾਲ ਜਿਹੜੀ ਹੈ ਕਿ ਵੋਟਰ ਸੂਚੀ ਜਿਹੜੀ ਆ ਉਹ ਜੋੜਨ ਦੀ ਗੱਲਬਾਤ ਸਾਹਮਣੇ ਆ ਰਹੀ ਹੈ ਸੋ 1 ਅਗਸਤ ਤੋਂ ਅੱਜ ਜਿਹੜਾ ਕਿ ਵੋਟਰ ਸੂਚੀ ਜਿਹੜੀ ਆ ਉਹ ਆਧਾਰ ਕਾਰਡ ਦੇ ਨਾਲ ਜੋੜਨ ਦੀ ਗੱਲਬਾਤ ਸਾਹਮਣੇ ਆ ਕੀਤੀ ਜਾ ਰਹੀ ਹੈ ਸੋ ਆਧਾਰ ਦੀ ਅਣਦੇਖੀ ਵੋਟਰ ਸੂਚੀ ਦੇ ਨਾਮ ਨਹੀਂ ਕਟਿਆ ਜਾ ਸਕਦਾ ਚੋਣ ਕਮਿਸ਼ਨ ਨੇ ਗੱਲ ਕਹੀ ਹੈ ਸੋ ਚੋਣ ਕਮਿਸ਼ਨ ਦਾ ਕਹਿਣਾ ਕਿ ਵੋਟਰ ਸੂਚੀ ਵਿੱਚ ਨਾਮ ਦਰਜ ਕਰਾਉਣ ਵਾਲੀ ਕਿਸੇ ਵੀ ਅਰਜੀ ਨੂੰ ਆਧਾਰ ਨੰਬਰ ਦੀ ਅਨਹੋਂਦ ਵਿੱਚ ਨਾਂ ਤੇ ਰੱਦ ਕੀਤਾ ਜਾ ਸਕਦਾ ਤੇ ਨਾ ਹੀ ਵੋਟਰ ਸੂਚੀ ਵਿੱਚੋਂ ਨਾਮ ਕਟਿਆ ਜਾ ਸਕਦਾ ਹੈ ਮੌਜੂਦਾ ਵੋਟਰਾਂ ਦੇ ਆਧਾਰ ਨੰਬਰ ਦੇ ਵੇਰਵੇ ਇਕੱਤਰ ਕਰਨ ਲਈ 1 ਅਗਸਤ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ ਆਧਾਰ ਨੰਬਰ ਨੂੰ ਵੋਟਰ ਸੂਚੀ ਡਾਟਾ ਨਾਲ ਜੋੜਨ ਲਈ ਸੋਦੇ ਗੇ ਰਜਿਸਟ੍ਰੇਸ਼ਨ ਫਾਰਮ 6 ਬੀ ਵਿੱਚ ਲੜਿੰਦੀ ਵਿਵਸਥਾ ਕੀਤੀ ਗਈ ਹੈ ਸੋ ਉਸ ਫਾਰਮ ਦੇ ਵਿੱਚ ਜਿਹੜੀ ਹੈ ਕਿ ਸਾਰੀ ਜਾਣਕਾਰੀ ਉਹ ਦਿੱਤੀ ਜਾਵੇ ਕਿ ਸਨ ਨਿਰੋਲ ਜਿਹੜੀ ਇੱਕ ਜਾਣਕਾਰੀ ਦੇ ਤਹਿਤ ਇਹ ਫਾਰਮ ਜਿਹੜੇ ਬਣਾਈ ਗਏ ਆ 6B ਦੇ ਜਿਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਲਈ ਜਾਣੀ ਆ ਸੋ ਵੋਟਰ ਸੂਚੀ ਜਿਹੜੀ ਆ ਉਹ ਹੁਣ ਆਧਾਰ ਕਾਰਡ ਦੇ ਨਾਲ ਜੋੜੀ ਜਾ ਰਹੀ ਹੈ ਪਰ ਇੱਥੇ ਚੋਣ ਕਮਿਸ਼ਨ ਨੇ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਲ ਆਧਾਰ ਕਾਰਡ ਨਹੀਂ ਹੈ ਪਰ ਉਹਨਾਂ ਦੇ ਵੋਟਰ ਲਿਸਟ ਦੇ ਵਿੱਚ ਨਾਮ ਹੈਗੇ ਆ ਸੋ ਉਹਨਾਂ ਦੇ ਨਾਮ ਜਿਹੜੇ ਆ ਉਹ ਨਹੀਂ ਕੱਟੇ ਜਾਣਗੇ ਉਹਨਾਂ ਦੇ ਨਾਮ ਵੀ ਰਹਿਣਗੇ ਪਰ ਜਿਨ੍ਹਾਂ ਲੋਕਾਂ ਦੇ ਆਧਾਰ ਕਾਰਡ ਔਰ ਵੋਟਰ ਸੂਚੀ ਦੇ ਵਿੱਚ ਨਾਮ ਹੈਗੇ ਆ ਸੋ ਉਹਨਾਂ ਨੂੰ ਮੈਚ ਕਰਕੇ ਉਹਨਾਂ ਨੂੰ ਜਿਹੜਾ ਉਹ ਜੋੜ ਦਿੱਤਾ ਜਾਏਗਾ ਸੋ ਚੋਣ ਕਮਿਸ਼ਨ ਨੇ ਜਿਹੜੇ ਕਿ ਮਹਿੰਮ ਅਗਸਤ 1 ਤੋਂ ਜਿਹੜੀ ਆ ਸ਼ੁਰੂ ਕਰਨ ਦੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਹੁਣ ਜਿਹੜੇ ਆਧਾਰ ਕਾਰਡ ਦੇ ਨਾਲ ਜੋੜਨ ਦੀ ਗੱਲਬਾਤ ਕੀਤੀ ਆ ਕਿ ਆਧਾਰ ਕਾਰਡ ਤੇ ਵੋਟਰ ਸੂਚੀ ਜਿਹੜੀ ਆ ਉਹ ਇਕੱਠੇ ਕਰਨ ਦੀ ਗੱਲਬਾਤ ਜਿਹੜੀ ਆ ਉਹ ਸਾਹਮਣੇ ਆ ਰਹੀ ਐ ਸੋ ਇੱਕ ਪਾਰਦਰਸ਼ੀ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਜੋ ਵੋਟਾਂ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਲੋਕਾਂ ਦੀ ਜਿਹੜੀ ਵੋਟ ਹੈ ਉਹ ਪੁੱਟਾਈ ਜਾ ਸਕੇ ਜਾਲੀ ਵੋਟ ਜਿਹੜੀਆਂ ਰੋਕੀ ਜਾ ਸਕੇ ਸੋ ਉਸ ਨੂੰ ਹੁਣ ਵੋਟਾਂ ਨੂੰ ਆਧਾਰ ਕਾਰਡ ਦੇ ਨਾਲ ਜੋੜਨ ਦੀ ਗੱਲਬਾਤ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਸੋ 1 ਅਗਸਤ ਤੋਂ ਜਿਹੜਾ ਇਸ ਮਹਿੰਮ ਨੂੰ ਸਟਾਰਟ ਕੀਤਾ ਜਾ ਰਿਹਾ ਜਿਸ ਦੇ ਵਿੱਚ ਆਧਾਰ ਕਾਰਡ ਦੀ ਜਿਹੜੀ ਆ ਉਹ ਵੋਟਰ ਸੂਚੀ ਦੇ ਨਾਲ ਜੋੜਨ ਦੀ ਗੱਲਬਾਤ ਸਾਹਮਣੇ ਆ ਰਹੀ ਹੈ ਆ ਭਾਰ ਦੇ ਐਨਐਸਏ ਔਰ ਉਹਨਾਂ ਵੱਲੋਂ ਇੱਕ ਜਿਹੜੇ ਸੁਰੱਖਿਆ ਸਲਾਹਕਾਰ ਹੈਗੇ ਆ ਉਹਨਾਂ ਬਲੇ ਇੱਕ ਬਿਆਨ ਜਿਹੜਾ ਉਹ ਸਾਹਮਣੇ ਆਇਆ ਉਹਨਾਂ ਨੇ ਕਿਹਾ ਜੀ ਕਿ ਧਾਰਮਿਕ ਵੰਡੀਆਂ ਜਿਹੜੇ ਆ ਪੂਰੇ ਮੁਲਕ ਦੇ ਲਈ ਨੁਕਸਾਨ ਦੇ ਹੋ ਸਕਦੀਆਂ ਸੋ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਕੁਝ ਲੋਕ ਧਰਮ ਅਤੇ ਵਿਚਾਰਧਾਰਾ ਦੇ ਨਾਂ ਤੇ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ ਸੋ ਇਸ ਨੂੰ ਜਿਹੜਾ ਕਿ ਇਸ ਦੇ ਮੁਤਾਬਕ ਉਹਨਾਂ ਨੇ ਕਿਹਾ ਜੀ ਕਿ ਧਾਰਮਿਕ ਆਗੂਆਂ ਨੂੰ ਮਿਲ ਕੇ ਕੰਮ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਜੀ ਕਿ ਜੇ ਧਰਮ ਦੀਆਂ ਵੰਡੀਆਂ ਪੂਰੇ ਮੁਲਕ ਦੇ ਲਈ ਜਿਹੜੀਆਂ ਉਹ ਨੁਕਸਾਨਦੇ ਹੋ ਸਕਦੀਆਂ ਅਜੀਤ ਡਬਾਲ ਜਿਹੜੇ ਕਿ ਭਾਰਤ ਦੇ ਕੌਮੀ ਸਲਾਹਕਾਰ ਹੈਗੇ ਆ ਐਨ ਐ ਏ ਐਸ اے ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈਗੇ ਆ ਸੋ ਉਹਨਾਂ ਦਾ ਇੱਕ ਬਿਆਨ ਜਿਹੜਾ ਉਹ ਸਾਹਮਣੇ ਆਣਾ ਕਿਹਾ ਜੀ ਕਿ ਧਾਰਮਿਕ ਵੰਡੀਆਂ ਜਿਹੜੀਆਂ ਉਹ ਪੂਰੇ ਮੁਲਕ ਦੇ ਲਈ ਨੁਕਸਾਨਦੇ ਹੋ ਸਕਦੀਆਂ ਅਜੀਤ ਡਬਾਲ ਹੋਰਾਂ ਨੇ ਇਸ ਗੱਲ ਨੂੰ ਆਪਣੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਚੁੱਕਿਆ ਉਹਨਾਂ ਨੇ ਕਿਹਾ ਜੀ ਕਿ ਗਲਤਫਹਿਮੀਆਂ ਜਿਹੜਾ ਉਹ ਉਹਨਾਂ ਦੇ ਨਾਲ ਆ ਦੂਰ ਕਰਨ ਦੇ ਹਰ ਧਾਰਮਿਕ ਸੰਸਥਾਨ ਨੂੰ ਭਾਰਤ ਨਾਲ ਜੋੜ ਕੇ ਰੱਖਣ ਦੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਸਾਸ ਕਰਾਉਣ ਕਿ ਦਾ ਯਤਨ ਜਿਹੜਾ ਉਹ ਕਰਨਗੇ ਉਹ ਇਸ ਦੀ ਲੋੜ ਵੀ ਹੈਗੀ ਉਹਨਾਂ ਨੇ ਕਿਹਾ ਜੀ ਕਿ ਵਿਚਾਰ ਉੱਥੇ ਆ ਕਿਤੇ ਜਾਂਉਂਦੇ ਆ ਉਥੇ ਹੀ ਕਰਾਂਗੇ ਉਹ ਰੋਣਾ ਨੂੰ ਰਾਸਤੇ ਉੱਪਰ ਸਮਝਾਵਾਂਗੇ ਉਹਨਾਂ ਨੇ ਆਲ ਇੰਡੀਆ ਸੂਫੀ ਜਿਹੜੇ ਕਾਉਂਸਲ ਹੈਗੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਵਕ ਗੱਲਬਾਤ ਜਿਹੜੀ ਆ ਸਾਹਮਣੇ ਆਈ ਹੈ ਉਹਨਾਂ ਨੇ ਕਾਨਫਰੰਸ ਦੇ ਵਿੱਚ ਇਸ ਗੱਲ ਨੂੰ ਚੁੱਕਿਆ ਕਿ ਇਹ ਧਰਮ ਦੇ ਨਾਂ ਦੇ ਉੱਪਰ ਵੰਡੀਆਂ ਦੇਸ਼ ਦੇ ਵਿੱਚ ਪੈਣ ਗਿਆ ਤੇ ਉਸ ਨੂੰ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਹੋਣ ਦੀ ਗੱਲਬਾਤ ਸਾਹਮਣੇ ਆਈ ਹੈ ਸੋ ਜੀਡੋਬਾਲ ਹੋਰ ਜਿਹੜੇ ਕਿ ਐਨਐਸਏ ਹੈਗੇ ਆ ਭਾਰਤ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈਗੇ ਉਹਨਾਂ ਨੇ ਕਿਹਾ ਜੀ ਕਿ ਆ ਭਾਰਤ ਦੇ ਵਿੱਚ ਜਿਹੜੀਆਂ ਧਾਰਮਿਕ ਇੱਕ ਧਾਰਮਿਕ ਤਰੀਕੇ ਦੇ ਨਾਲ ਵੰਡੀਆਂ ਪਈਆਂ ਹੋਈਆਂ ਉਸ ਦਾ ਨੁਕਸਾਨ ਜਿਹੜਾ ਉਹ ਦੇਸ਼ ਨੂੰ ਹੋ ਸਕਦਾ ਹੈ ਦੇਸ਼ ਦੇ ਵਿੱਚ ਬਹੁਤ ਸਾਰੀਆਂ ਧਰਮ ਦੇ ਨਾਮ ਦੇ ਉੱਪਰ ਵੰਡੀਆਂ ਜਿਹੜੀਆਂ ਪਈਆਂ ਹੋਈਆਂ ਅਸੀਂ ਹਰ ਰੋਜ਼ ਦੇਖਦੇ ਆ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਇਹ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਕਿਵੇਂ ਜਿਹੜਾ ਕਿ ਪੰਜਾਬ ਦੇ ਵਿੱਚ ਜਾਂ ਹੋਰ ਦੂਜੇ ਸੂਬਿਆਂ ਦੇ ਵਿੱਚ ਧਰਮ ਦੇ ਆਧਾਰ ਦੇ ਉੱਪਰ ਅਸੀਂ ਪਹਿਲਾਂ ਜਿਵੇਂ ਇੱਕ ਖਬਰ ਤੁਹਾਡੇ ਨਾਲ ਕਰਕੇ ਹਟਿਆ ਪੰਜਾਬ ਦੇ ਵਿੱਚ ਰਜਿੰਦਰ ਸਿੰਘ ਧਾਮੀ ਹੋਰਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਕਿ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਬੱਚਿਆਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ ਕੜੀਆਂ ਨੂੰ ਉਤਾਰਨਾ ਜਾਂ ਕਕਾਰਾਂ ਨੂੰ ਉਤਾਰਨਾ ਸੋ ਇਹ ਸਾਰੀਆਂ ਚੀਜ਼ਾਂ ਕਾਊਂਟ ਹੁੰਦੀਆਂ ਐ ਐਨਐਸਏ ਜਿਹੜੀ ਗੱਲ ਕਰ ਰਿਹਾ ਕਿ ਧਰਮ ਦੇ ਨਾਮ ਦੇ ਉੱਪਰ ਬੰਡੀਆਂ ਸੋ ਜਦੋਂ ਧਰਮ ਦੇ ਲੋਕਾਂ ਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਸ ਦੇਸ਼ ਦੇ ਵਿੱਚ ਉਹ ਰਹਿ ਰਹੇ ਆ ਉਸ ਦੇਸ਼ ਦੇ ਵਿੱਚ ਉਹਨਾਂ ਨੂੰ ਧਾਰਮਿਕ ਆਜ਼ਾਦੀ ਨਹੀਂ ਹੈਗੀ ਔਰ ਡੈਫੀਨੇਟਲੀ ਫਿਰ ਇਸ ਤਰ੍ਹਾਂ ਦੀਆਂ ਵੰਡੀਆਂ ਜਿਹੜੀਆਂ ਸਾਹਮਣੇ ਆਂਦੀਆਂ ਜਿੱਥੇ ਕਿ ਸਿੱਖ ਜਿਹੜੇ ਆ ਉਹ ਪੰਜਾਬ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਹੈਗੇ ਆ ਔਰ ਉੱਥੇ ਹਰ ਇੱਕ ਵਿਅਕਤੀ ਨੂੰ ਇਸ ਬਾਰੇ ਪਤਾ ਪੰਜ ਕਕਾਰਾਂ ਦੇ ਬਾਰੇ ਪਤਾ ਕਕਾਰਾਂ ਨੂੰ ਜਿਹੜਾ ਕਿ ਹਰਜਿੰਦਰ ਸਿੰਘ ਧਾਮੀਹ ਹੋਰਾਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਜਿਹੜਾ ਉਹ ਸਿੱਖਾਂ ਨੂੰ ਇਸ ਗੱਲ ਦਾ ਅਧਿਕਾਰ ਦਿੰਦਾ ਹੈ ਕਿ ਤੁਸੀਂ ਕਕਾਰ ਜਿਹੜੇ ਉਹ ਪਹਿਨ ਸਕਦੇ ਹੋ ਪਰ ਇੱਕ ਵਾਰ ਫੇਰ ਜਿਹੜੀ ਇੱਕ ਇੱਕ ਕਾਰ ਉਤਾਰਨ ਦੀ ਗੱਲਬਾਤ ਸਾਹਮਣੇ ਆ ਰਹੀ ਹੈ ਸੋ ਦੂਸਰੇ ਪਾਸੇ ਜਿਹੜੇ ਐਨਐਸਏ ਹੈਗੇ ਉਹ ਕਹਿ ਰਹੇ ਆ ਜੀ ਕਿ ਜਿੱਤ ਧਰਮ ਦੇ ਨਾਮ ਦੇ ਉੱਪਰ ਬੰਡੀਆਂ ਪੈਂਦੀਆਂ ਦੇਸ਼ ਤੇ ਲਈ ਠੀਕ ਨਹੀਂ ਹੋਵੇਗਾ ਦੇਸ਼ ਤੇ ਲਈ ਜਿਹੜਾ ਉਹ ਬਹੁਤ ਮਾੜਾ ਹੋਵੇਗਾ ਪਰ ਇਧਰਲੇ ਪਾਸੇ ਜਦੋਂ ਅਸੀਂ ਦੇਖਦੇ ਪਿਆ ਕਿ ਪੰਜਾਬ ਦੇ ਵਿੱਚ ਜੋ ਧਰਮ ਦੇ ਨਾਮ ਦੇ ਉੱਪਰ ਲੋਕਾਂ ਦੇ ਉੱਪਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਸੋ ਉਸ ਨੂੰ ਵੀ ਲੋਕਾਂ ਨੇ ਜਿਹੜੀ ਆ ਉਸ ਤੇ ਉੱਪਰ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਆ ਸੋ ਇਹ ਜਿਡਵਾਲ ਖਰਾਂ ਦਾ ਬਿਆਨ ਸੀਗਾ ਕਿ ਆ ਧਰਮ ਦੇ ਨਾਮ ਦੇ ਉੱਪਰ ਜਿਹੜੀਆਂ ਉਹ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ ਸੋ ਅਗਲੀ ਖਬਰ ਜਿਹੜੀ ਆ ਉਹ ਵੀ ਆ ਭਾਰਤ ਦੇ ਨਾਲ ਸਬੰਧਤ ਹੈਗੀ ਆ ਸੋ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਮਿਗ 21 ਜਿਹੜਾ ਇਹਨਾਂ ਦਾ ਲੜਾਕੂ ਜਹਾਜ਼ ਸੀਗਾ 에ਅਰ ਫੋਰਸ ਦਾ ਉਹ ਡਿੱਗ ਜਾਂਦਾ ਉਸ ਹਾਦਸੇ ਦੇ ਦੌਰਾਨ ਜਿਹੜੇ ਪਾਇਲਟ ਸੀਗਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਪਾਇਲਟ ਜੰਮੂ ਦਾ ਰਹਿਣ ਵਾਲਾ ਸੀਗਾ ਸੋ ਉਸ ਨੂੰ ਅੱਜ ਰੌਣਾ ਦੱਸਿਆ ਜੀ ਕਿ 96 ਸ਼ੌਕਤ ਦੇ ਨਾਲ ਉਹਨਾਂ ਦਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅੰਤਮ ਸੰਸਕਾਰ ਜਿਹੜਾ ਉਹ ਕੀਤਾ ਗਿਆ ਸੋ ਉਸ ਅੰਤਮ ਸੰਸਕਾਰ ਦੇ ਵਿੱਚ ਲੈਫਟੀਨੈਂਟ ਜਿਹੜੇ ਚੀਫ ਸੀਗੇ ਉਹ ਵੀ ਸ਼ਾਮਲ ਹੋਏ ਸੀਗੇ ਸੋ ਉਹਨਾਂ ਨੇ ਲੈਫਟੀਨੈਂਟ ਜਿਹੜਾ ਅਦਿਤ ਦੇ ਬਲ ਸੀਗਾ ਜੰਮੂ ਦਾ ਰਹਿਣ ਵਾਲਾ ਜਿਸ ਦੀ ਇਸ ਮਿਗ 21 ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਸੋ ਉੱਥੇ ਆਇਰ ਫੋਰਸ ਦੇ ਮੁਖੀ ਵੀ ਜਿਹੜੇ ਪਹੁੰਚਦੇ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕਰਦੇ ਆ ਸੋ ਮਿਗ 21 ਹਾਦਸੇ ਦੇ ਵਿੱਚ ਫਲਾਈਟ ਲੈਫਟ ਲੈਂਟ ਅਦਿੱਤ્ય ਬਲ ਦੇ ਸਰਕਾਰੀ ਸਨਮਾਨ ਦੇ ਨਾਲ ਜਿਹੜਾ ਸਸਕਾਰ ਕੀਤਾ ਗਿਆ ਸੋ ਨੌਜਵਾਨ ਜਿਹੜਾ ਜੰਮੂ ਦੇ ਨਾਲ ਸੰਬੰਧਿਤ ਸੀਗਾ ਰਾਜਸਥਾਨ ਦੇ ਬਾੜਮੇਰ ਵਿੱਚ ਵੀਰਵਾਰ ਦੇਰ ਰਾਤ ਨੂੰ MiG 21 ਹਾਦਸੇ ਵਿੱਚ ਮਾਰੇ ਗਏ ਜੰਮੂ ਦੇ ਫਾਇਲ ਫਲਾਈਟ ਲੈਫਟੇਨੈਂਟ ਅਦਿੱਤਿਆ ਬੱਲੂ ਦੀ ਦੇ ਅੱਜ ਆਰਐਸ ਪੂਰਾ ਅਧੀਨ ਪੈਂਦੇ ਉਸ ਤੇ ਪਿੰਡ ਜੱਦੀ ਪਿੰਡ ਜਿੰਦਰ ਮਹਿਲੂ ਪੁਜੀ ਅਤੇ ਰਾਜਸਥਾਨ ਤੋਂ ਨੌਜਵਾਨ ਦੀ ਜਿਹੜੀ ਦੇ ਆ ਉਹ ਹਵਾਈ ਘਾਜ ਰਹਹੀਂ ਜੰਮੂ ਦੇ ਵਿੱਚ ਲਿਆਂਦੀ ਗਈ ਆ ਸੋ 에ਅਰ ਫੋਰਸ ਅਫਸਰ ਕਮਾਂਡਰ ਏਰੀਆ ਕਮਾਂਡਰ ਜਿਹੜੇ ਆ ਜੀਐਸ ਭੁੱਲਰ ਵੀ ਜਿਹੜੇ ਆ ਉਹ ਬਲਦੇ ਪਰਿਵਾਰ ਦੇ ਨਾਲ ਮਿਲ ਕੇ ਉਹਨਾਂ ਨੇ ਉਹਨਾਂ ਨੂੰ ਹੌਸਲਾ ਬੁਜਾਇਆ ਦਿੱਤੀ ਔਰ ਸ਼ਰਧਾਂਜਲੀ ਜਿਹੜੀ ਉਹ ਪੇਟ ਕੀਤੀ ਆ ਸੋ ਇੱਕ ਅਧਿਕਾਰੀ ਨੇ ਦੱਸਿਆ ਜੀ ਕਿ ਤਰੰਗੇ ਵਿੱਚ ਲਿਪਟੀ ਦਿੱਤਿਆ ਦੀ ਦੇ ਜਿਹੜੀ ਆ ਆਈਏਐਫ ਸਟੇਸ਼ਨ ਤੋਂ ਪਿੰਡ ਤੱਕ ਲਿਆਂਦੀ ਗਈ ਆ ਔਰ ਕਈ ਕਿਲੋਮੀਟਰਾਂ ਤੱਕ ਲੰਬਾ ਕਾਫਲਾ ਜਿਹੜਾ ਉਹ ਮੋਟਰਸਾਈਕਲਾਂ ਦਾ ਜਿਹੜਾ ਉਹ ਲੱਗਿਆ ਹੋਇਆ ਸੀਗਾ ਸੋ ਲੋਕ ਆਪਣੀ ਨਿੱਜੀ ਬਹਾਨ ਲੈ ਕੇ ਇਸ ਨੌਜਵਾਨ ਦੀ ਦੇਰ ਪਿੱਛੇ ਆਏ ਸੀਗੇ ਸੋ ਮੈਗ 21 ਜਿਹੜਾ ਕਿ ਇੱਕ ਲੜਾਕੂ ਜਹਾਜ਼ ਆ ਭਾਰਤ ਦੀ 에ਅਰ ਫੋਰਸ ਦੇ ਵਿੱਚ ਵੈਸੇ ਮੈਗ 21 ਦਾ ਇੱਕ ਹੋਰ ਨਾਮ ਜਿਹੜਾ ਉਹ ਦਿੱਤਾ ਹੋਇਆ ਉਹ ਵਿਡੋ ਕਫਨ ਕੋਫਨ ਜਿਹੜਾ ਉਹ ਦਿੱਤਾ ਹੋਇਆ ਕਿ ਇਹ ਔਰਤਾਂ ਨੂੰ ਜਿਹੜਾ ਇਹ ਜਹਾਜ਼ ਜਿਹੜਾ ਉਹ ਆ ਵਿੰਡੋ ਬਣਾ ਦਿੰਦਾ ਉਹਨਾਂ ਨੂੰ ਅ ਕਿਉਂਕਿ ਇਸ ਜਹਾਜ਼ ਦੇ ਸਭ ਤੋਂ ਵੱਧ ਡਿਗਨ ਦੇ ਨਾਲ ਭਾਰਤੀ 에ਅਰ ਫੋਰਸ ਤੇ ਪੈਲਟਾਂ ਦੀ ਜਿਹੜੀ ਹੈ ਉਹ ਜਾਣ ਗਈ ਹੋਈ ਐ ਐਮੀ 21 ਜਹਾਜ਼ ਜਿਹੜਾ ਜਿਹੜਾ ਕਿ ਹਵਾਈ ਸੈਨਾ ਵਰਤਦੀ ਐ ਸੋ ਇਹ ਨੌਜਵਾਨ ਜਿਹੜਾ ਜੰਮੂ ਦਾ ਰਹਿਣ ਵਾਲਾ ਸੀਗਾ ਇਸ ਦੀ ਵੀ ਜਾਨ ਜਿਹੜੀ ਐ ਮਿਗ 21 ਨੂੰ ਡਾਊਨ ਕਰਕੇ ਹੋਈ ਐ ਸੋ ਉੱਥੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਮੌਜੂਦ ਸੀਗੇ ਉਹਨਾਂ ਦੇ ਜੀ ਡਿਪੈਂਡ ਦੇ ਵਿੱਚ ਸਰਕਾਰ ਜਿਹੜਾ ਸਰਕਾਰੀ ਸਨਮਾਨ ਦੇ ਨਾਲ ਸਨਸਕਾਰ ਕੀਤਾ ਗਿਆ ਪਰਿਵਾਰ ਨੇ ਹਾਦਸੇ ਵਾਲੀ ਮਿਗ ਜਹਾਜ਼ ਨੂੰ ਜ਼ਿੰਮੇਵਾਰ ਦੀ ਜਿਹੜੀ ਆ ਗੱਲਬਾਤ ਕੀਤੀ ਆ ਪਰਿਵਾਰ ਨੇ ਵੀ ਇਹ ਕਿਹਾ ਕਿ ਉਹਨਾਂ ਦਾ ਬੱਚੇ ਦੀ ਜਿਹੜੀ ਆ ਮਿਗ 21 ਜਿਹੜਾ ਜ਼ਿੰਮੇਵਾਰ ਹੈਗਾ ਸੋ ਇੰਨਾ ਪੁਰਾਣਾ ਜਹਾਜ਼ ਜਿਹੜਾ ਉਸ ਦੇ ਉੱਪਰ ਗੱਲਬਾਤ ਕੀਤੀ ਉਹਨਾਂ ਨੇ ਕਿ ਅੱਜ ਕਿ ਪ੍ਰਧਾਨ ਮੰਤਰੀ ਤੁਰੰਤ ਇਹਨਾਂ ਜਹਾਜ਼ਾਂ ਨੂੰ ਹਵਾਈ ਸੈਨਾ ਦੇ ਥੋੜੇ ਬੇੜੇ ਵਿੱਚੋਂ ਜਿਹੜਾ ਹਟਾਉਣ ਦੀ ਮੰਗ ਕੀਤੀ ਆ ਹੋਰ ਨੌਜਵਾਨ ਇਸ ਤਰੀਕੇ ਦੇ ਨਾਲ ਨਾ ਮਰ ਸਕਣ ਸੋ ਜੰਗੀ ਜਹਾਜ਼ ਦੇ ਹਾਦਸੇ ਦੇ ਸ਼ਿਕਾਰ ਨਾ ਹੋ ਸਕਣ ਸੋ ਜਿਹੜਾ ਕਿ ਲੈਫਟ ਹੈਂਡ ਸੀਗਾ ਜਿਹੜਾ ਨੌਜਵਾਨ ਮਰਿਆ ਉਹਨਾਂ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਇਹ ਗੱਲ ਸਨੇਹਾ ਪਹੁੰਚਾਉਣ ਦੀ ਗੱਲ ਕੀਤੀ ਹੈ ਕਿ ਜਿਹੜਾ ਮਿਗ 21 ਹੈਗਾ ਜਿਸ ਜਿਸ ਦੇ ਨਾਲ ਉਹਨਾਂ ਦੇ ਪੁੱਤਰ ਦੀ ਜਾਨ ਗਈ ਉਹਨਾਂ ਨੇ ਕਿਹਾ ਜੀ ਕਿ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਹਾਜ਼ ਜਿਹੜੇ ਆ ਉਹ ਹੈਗੇ ਆ ਉਹਨਾਂ ਨੂੰ ਏਅਰ ਫੋਰਸ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਬੇੜਿਆਂ ਦੇ ਵਿੱਚੋਂ ਰਿਮੂਵ ਕਰਨਾ ਚਾਹੀਦਾ ਤਾਂ ਕਿ ਹੋਰ ਲੋਕਾਂ ਦੀ ਜਿਹੜੀ ਜਾਨ ਹੈ ਉਹ ਨਾ ਜਾ ਸਕੇ ਸੋ ਹੋਰ ਲੋਕਾਂ ਦੀ ਹੋਰ ਨੌਜਵਾਨਾਂ ਦੀ ਜਾਨ ਜਿਹੜੀ ਆ ਉਹ ਨਾ ਜਾਏ ਜਿਸ ਲਈ ਉਹਨਾਂ ਨੇ ਮਿਕ 21 ਨੂੰ ਜਿਹੜਾ ਇੱਕ ਤੇ ਦੋਸ਼ੀ ਦੱਸਿਆ ਕਿ ਮਿਕ 21 ਜਿਹੜਾ ਉਹ ਉਹਨਾਂ ਦੇ ਪੁੱਤਰ ਦੀ ਜਾਨ ਦਾ ਜਿਹੜਾ ਜ਼ਿੰਮੇਵਾਰ ਹੈਗਾ ਸੋ ਉਹਨਾਂ ਨੇ ਕਿਹਾ ਜੀ ਕਿ ਹੋਰ ਲੋਕਾਂ ਦੀ ਜਾਨ ਜਿਹੜੀ ਆ ਉਹ ਨਾ ਜਾਏ ਉਸ ਨੂੰ ਜਿਹੜਾ ਕਿ ਫੋਰਸ ਦੇ ਵਿੱਚੋਂ ਏਅਰ ਫੋਰਸ ਦੇ ਵਿੱਚੋਂ ਆ ਬਾਹਰ ਜਿਹੜਾ ਉਹ ਕਰ ਦੇਣਾ ਚਾਹੀਦਾ ਸੋ ਦੂਸਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਨਿਰੰਦਰ ਸਿੰਘ ਤੋਮਰ ਹੋਰਾਂ ਦਾ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਜੀ ਝੋਨੇ ਹੇਠ ਰਕਬਾ ਪੂਰਾ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਦੱਸੀ ਹੈ ਆ ਨਿਰੰਦਰ ਸਿੰਘ ਤੋਮਰ ਹੋਰਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਿਰੰਦਰ ਸਿੰਘ ਤੋਮਰ ਹੋਰਾਂ ਨੇ ਕਿਹਾ ਕਿ ਝੋਨੇ ਦੀ ਜੁਲਾਈ ਵਿੱਚ ਆਈ ਘਾਟ ਚਾਲੂ ਜਿਹੜੀ ਹੈ ਉਹ ਚਲਦੀ ਪਈ ਹੈ ਸੋ ਜਿਸ ਦੇ ਨਾਲ ਹੁਣ ਸੰਭਵ ਹੈ ਕਿ ਜਿਹੜੀ ਘਾਟ ਚੋਨੇ ਦੀ ਲਗਾਈ ਦੀ ਸੀਗੀ ਉਹ ਪੂਰੀ ਹੋਣ ਦੀ ਗੱਲਬਾਤ ਜਿਹੜੀ ਉਹ ਕੀਤੀ ਗਈ ਹੈ ਸੋ ਖੇਤੀਬਾੜੀ ਮੰਤਰਾਲੇ ਕੋਲ ਮੌਜੂਦਾ ਤਾਜ਼ਾ ਅੰਕੜਿਆਂ ਮੁਤਾਬਕ 29 ਜੂਨ ਤੱਕ 231.6 ਲੱਖ ਹੈਕਟਰ ਜਿਹੜੀ ਖੇਤੀ ਆ ਵਿੱਚ ਝੋਨਾ ਜਿਹੜਾ ਉਹ ਲਾਇਆ ਜਾ ਸਕਿਆ ਸੋ ਜੇ ਪਿਛਲੇ ਵਰਿਆਂ ਦੇ ਵਿੱਚ ਦੇਖਿਆ ਜਾਏ ਤੇ 35.46 ਲੱਖ ਹੈਕਟਰ ਤੱਕ ਅਰ ਕਟਸੀ ਕੀ ਜਦ ਕੀ ਪਿਛਲੇ ਵਰੀ 267 ਆ ਪੁਆਇੰਟ ਲੱਖ ਹੈਕਟੇਰ ਖੇਤ ਵਿੱਚ ਝੋਨਾ ਲਗਾਇਆ ਗਿਆ ਸੀਗਾ ਉਹਨਾਂ ਏਜੰਸੀ ਨੂੰ ਦੱਸਿਆ ਕਿ ਝੋਨੇ ਦੀ ਬਿਜਾਈ ਆ ਭਾਵੇਂ ਕਟ ਹੋਈ ਆ ਪਰ ਇਸ ਦੇ ਮੌਜੂਦਾ ਸੀਜ਼ਨ ਚ ਪੂਰੇ ਹੋ ਜਾਣ ਦੀ ਸੰਭਾਵਨਾ ਹੈਗੀ ਆ ਅੰਕੜਾ ਮੁਤਾਬਕ ਇਸ ਵਾਰ ਪੱਛਮ ਬੰਗਾਲ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਤਲਿੰਗਣਾ ਵਿੱਚ ਝੋਨੇ ਦੀ ਘਾਟ ਜਿਹੜੀ ਹੈ ਘਟ ਲਵਾਈ ਹੋਈ ਹੈ ਸੋ ਆ ਇਸ ਵਾਰ ਜਿਹੜੀ ਹੈ ਝੋਨੇ ਦੀ ਲਵਾਈ ਜਿਹੜੀ ਆ ਉਹ ਘਟ ਹੋਈ ਆ ਇਸ ਵਾਰ ਉਹਨਾਂ ਨੇ ਦੱਸਿਆ ਜੀ ਕਿ 239.6 ਲੱਖ ਹੈਕਟੈਰ ਜਿਹੜੀ ਆ ਉਹ ਝੋਨੇ ਦੀ ਬਜਾਈ ਜਿਹੜੀ ਹੋਈ ਆ ਉਹਨਾਂ ਦੇ ਮੁਤਾਬਕ ਆ 35.46 ਲੱਖ ਹੈਕਟੈਰ ਜਿਹੜੀ ਆ ਉਹ ਝੋਨੇ ਦੀ ਬਜਾਈ ਜਿਹੜੀ ਘਟ ਹੋਈ ਆ ਪਿਛਲੇ ਸਾਲ 2 267.5 ਲੱਖ ਹੈਕਟੈਰ ਜਿਹੜੀ ਆ ਆਟੂ ਨੇ ਦੀ ਖੇਤੀ ਜਿਹੜੀ ਆ ਉਹ ਵਿਜੀ ਗਈ ਸੀ ਔਰ ਇਸ ਵਾਰ ਝੋਨੇ ਦੀ ਜਿਹੜੀ ਖੇਤੀ ਆ ਉਸ ਦੀ ਬਿਜਾਈ ਜਿਹੜੀ ਆ ਉਹ ਘੱਟ ਕੀਤੀ ਗਈ ਉਹਨਾਂ ਨੇ ਕਿਹਾ ਜੀ ਕਿ ਬੇਸ਼ੱਕ ਬਿਜਾਈ ਜਿਹੜੀ ਆ ਉਹ ਘੱਟ ਹੋਈ ਆ ਪਰ ਉਹਨਾਂ ਨੂੰ ਆਸ ਆ ਕਿ ਝੋਨੇ ਦੀ ਫਸਲ ਜਿਹੜੀ ਆ ਉਹ ਉਨੀ ਬਰਾਬਰ ਹੀ ਨਿਕਲੇਗੀ ਸੋ ਉਸ ਦੇ ਉੱਪਰ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਝੋਨੇ ਦੀ ਬਿਜਾਈ ਜਿਹੜੀ ਆ ਉਸ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਹ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਕਹੀ ਆ ਕਿ ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ ਜਿਹੜੇ ਅੰਕੜੇ ਆਏ ਹੈਗੇ ਆ 29 ਜੁਲਾਈ ਤੱਕ 235.5 ਲੱਖ ਹੈਕਟੇਰ ਦੇ ਗਲਬਾ ਜਿਹੜੀ ਸਾਹਮਣੇ ਆਈ ਹੈ ਹੁਣ ਤੱਕ ਇੰਨੀ ਬਿਜਾਈ ਜਿਹੜੀ ਆ ਉਹ ਹੋ ਚੁੱਕੀ ਹੈ ਸੋ ਬਿਜਾਈ ਨੂੰ ਲੈ ਕੇ ਇੱਕ ਵਾਰ ਫਿਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਦਾ ਬਿਆਨ ਜਿਹੜਾ ਉਹ ਆਇਆ ਸੋ ਦੂਸਰੇ ਪਾਸੇ ਨਸ਼ਾ ਜਿਹੜਾ ਉਹ ਸਭ ਤੋਂ ਇੱਕ ਵੱਡਾ ਮਸਲਾ ਹੈਗਾ ਉਸ ਦੇ ਵਿੱਚ ਹੁਣ ਨਸ਼ੇ ਦੇ ਨਾਲ ਚਲਦਿਆਂ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਵੀ ਜਿਹੜੀ ਆ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇੱਕ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜੇ ਆ ਸ਼ਾਮਲ ਹੋਏ ਸੀਗੇ ਸੋ ਨਸ਼ਿਆਂ ਖਿਲਾਫ ਪੰਜਾਬ ਦੇ ਹਰ ਮਦਦ ਕਰਾਂਗੇ ਅਮਿਤ ਸ਼ਾਹ ਹੋਰਾਂ ਨੇ ਕਿਹਾ ਜੀ ਆ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਫੋਰੈਂਸਿਕ ਲੈਬ ਤੇ ਦੀ ਵੀ ਜਿਹੜੀ ਆ ਉਹ ਖੋਲਣ ਦੀ ਗੱਲਬਾਤ ਕੀਤੀ ਗਈ ਹੈ ਐਲਾਨ ਕਰ ਦਿੱਤਾ ਗਿਆ ਸੋ ਕੇਂਦਰੀ ਗ੍ਰਾਮ ਮੰਤਰੀ ਅਮੀਸ਼ਾ ਨੇ ਕਿਹਾ ਕਿ ਕੇਂਦਰ ਨੇ ਨਸ਼ਿਆਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਜਿਹੜੀ ਆ ਉਹ ਅਪਣਾਈ ਆ ਸੋ ਉਹਨਾਂ ਨੇ ਕਿਹਾ ਜੀ ਜ਼ੀਰੋ ਟੋਲਰੈਂਸ ਦੀ ਨੀਤੀ ਜਿਹੜੀ ਆ ਉਹ ਅਪਣਾਈ ਹੋਈ ਆ ਇਸ ਦੇ ਤਹਿਤ ਉਹਨਾਂ ਨੇ ਕਿਹਾ ਜੀ ਕਿ ਹਰ ਸੰਭਵ ਜਿਹੜੀ ਮਦਦ ਆ ਉਹ ਅਸੀਂ ਪੰਜਾਬ ਦੀ ਕਰਾਂਗੇ ਨਸ਼ਿਆਂ ਦੇ ਖਿਲਾਫ ਸੋ ਉਹਨਾਂ ਨੇ ਕਿਹਾ ਜੀ ਕਿ ਨਸ਼ਿਆਂ ਦੇ ਵਿਰੁੱਧ ਲੜਾਈ ਸਹੀ ਦਿਸ਼ਾ ਵੱਲ ਵਧ ਰਹੀ ਆ ਉਹੀ ਨਾਟਕ ਕੰਟਰੋਲ ਬਿਊਰੋ ਵੱਲੋਂ ਪੰਜਾਬ ਭਵਨ ਵਿੱਚ ਨਸ਼ਾ ਤਸਕਰੀ ਅਤੇ ਕੌਮੀ ਸੁਰੱਖਿਆ ਬਾਰੇ ਕਰਵਾਏ ਸੈਮੀਨਾਰ ਵਿੱਚ ਪੁੱਜੇ ਸਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਸੂਬੇ ਹੋਣ ਕਾਰਨ ਇੱਥੇ ਨਸ਼ਿਆਂ ਦੀ ਸਮੱਸਿਆ ਜ਼ਿਆਦਾ ਹੈਗੀ ਹੈ ਜਿਸ ਦੇ ਖਤਮੇ ਲਈ ਕੇਂਦਰ ਸਰਕਾਰ ਸੂਬੇ ਦੇ ਹਰ ਸੰਭਵ ਮਦਦ ਲਈ ਤਿਆਰ ਸੋ ਅਮੀਸ਼ਾ ਹੋਰਾਂ ਨੇ ਅੰਮ੍ਰਿਤਸਰ ਦੇ ਫੋਰੈਂਸਿਕ ਲੈਬ ਅਤੇ ਅ ਐਨਵੀਸੀ ਦੀ ਸਿਕਲਾਈ ਕੇਂਦਰ ਖੋਲਣ ਦੇ ਐਲਾਨ ਜਿਹੜਾ ਉਹ ਕੀਤਾ ਜਿਸ ਲਈ ਜ਼ਮੀਨ ਪੰਜਾਬ ਸਰਕਾਰ ਮੁਹੱਈਆ ਕਰਾਣੀ ਪਵੇਗੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਗ੍ਰਹਿ ਮੰਤਰੀ ਆਦੇ ਐਲਾਨ ਦਾ ਸਵਾਗਤ ਕੀਤਾ ਔਰ ਪ੍ਰੋਸਾ ਦੋਆਇਆ ਕਿ ਪੰਜਾਬ ਸਰਕਾਰ ਜ਼ਮੀਨ ਮੁਹੱਈਆ ਕਰਾਉਣ ਲਈ ਤਿਆਰ ਹੈ ਸੋ ਜਿਹੜੇ ਕੇਂਦਰ ਖੁੱਲਨੇ ਆ ਉਹਨਾਂ ਦੇ ਲਈ ਉਹਨਾਂ ਨੇ ਕਿਹਾ ਕਿ ਜਿਹੜੀ ਜ਼ਮੀਨ ਆ ਉਹ ਪੰਜਾਬ ਸਰਕਾਰ ਨੂੰ ਹੀ ਦਿਵਾਣੀ ਪਏਗੀ ਪਰ ਉਹ ਦੂਸਰੇ ਪਾਸੇ ਭਗਵੰਤ ਮਾਨ ਹੋਰ ਇਹ ਜ਼ਮੀਨ ਦੇਣ ਦੇ ਲਈ ਜਿਹੜੇ ਆ ਉਹ ਰਾਜ਼ੀ ਹੋ ਚੁੱਕੇ ਉਹਨਾਂ ਨੇ ਕਿਹਾ ਕਿ ਆ ਜ਼ਮੀਨ ਅਸੀਂ ਦਿਵਾ ਦਿਆਂਗੇ ਪਰ ਤੁਸੀਂ ਜਿਹੜੀਆਂ ਲੈਬਸ ਹੋਰ ਉੱਥੇ ਜਿਹੜੇ ਵੀ ਨਾਰਕੋ ਟੈਸਟ ਕਰਾਉਣ ਦੇ ਲਈ ਜੋ ਵੀ ਬਿਲਡਿੰਗਾਂ ਜਿਹੜੀ ਤਿਆਰ ਕੀਤੀਆਂ ਜਾਣੀਆਂ ਉਸ ਦੇ ਉੱਪਰ ਕੰਮ ਕੀਤਾ ਜਾਏ ਸੋ ਸੈਮੀਨਾਰ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਅ ਬਨ ਵਾਲੀ ਲਾਲ ਪੁਰੀਤ ਵੀ ਜਿਹੜੇ ਆ ਉਹ ਮੌਜੂਦ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣੇ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਤੇ ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨੇ ਹਿੱਸਾ ਜਿਹੜਾ ਉਹ ਲਿਆ ਸੀਗਾ ਇਸ ਮੌਕੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚੋਂ ਨਸ਼ੇ ਦੀ ਜਿਹੜੀ ਆ ਉਹ ਖਤਮ ਕਰਨ ਦੀ ਗੱਲਬਾਤ ਜਿਹੜੀ ਆ ਉਹ ਕੀਤੀ ਹੈ ਸੋ ਉਹਨਾਂ ਨੇ ਕਿਹਾ ਜਿਕੇ ਨਾਰਟਿਕ ਕੰਟਰੋਲ ਬਿਊਰੋ ਆ ਤਾਂ ਗਠਨ ਕੀਤਾ ਗਿਆ ਜਿਸ ਵੱਲੋਂ ਵੱਡੀ ਮਾਤਰਾ ਵਿੱਚ ਬਰਾਮਦ ਹੋਣ ਵਾਲੀਆਂ ਨਸ਼ੇ ਦੀਆਂ ਡੰਗਾਈ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਉਹਨਾਂ ਦੱਸਿਆ ਜੀ ਕਿ ਸਾਲ 2006 ਤੋਂ 13 ਦੌਰਾਨ 1.52 ਲੱਖ ਕਿਲੋਗ੍ਰam ਨਸ਼ੀਲੇ ਪਦਾਰਥ ਜਿਹੜੇ ਆ ਜਬਤ ਕੀਤੇ ਗਏ ਸਨ ਜਦਕਿ ਸਾਲ 2014 ਤੋਂ 21 ਤੱਕ 3.3 ਲੱਖ ਕਿਲੋਗ੍ਰam ਨਸ਼ੀਲੇ ਪਦਾਰਥ ਜਿਹੜੇ ਆ ਜਬਤ ਕੀਤੇ ਗਏ ਜਦਕਿ ਗ੍ਰਫਤਾਰੀਆਂ ਵਿੱਚੋਂ 260 ਫਸੀਦੀ ਵਾਧਾ ਹੋਇਆ ਉਹਨਾਂ ਨੇ ਕਿਹਾ ਕਿ ਸਾਲ 2006 ਤੋਂ 13 ਤੱਕ ਦੌਰਾਨ 768 ਕਰੋੜ ਨਸ਼ੀਲੀ ਸਮੱਗਰੀ ਜਿਹੜੀ ਐ ਜਬਤ ਕੀਤੀ ਗਈ ਸੀ ਔਰ ਜਦਕਿ ਮੋਦੀ ਸਰਕਾਰ ਨੇ ਸਾਲ 2014 ਤੋਂ ਸਾਲ 21 ਤੱਕ 2021 ਤੱਕ 20 ਹਜ਼ਾਰ ਕਰੋੜ ਦੀ ਨਸ਼ੀਲੀ ਸਮੱਗਰੀ ਜਿਹੜੀ ਐ ਜਬਤ ਕੀਤੀ ਹੈ ਕੇਂਦਰੀ ਗ੍ਰ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਨਸ਼ਾ ਤਸਕਰਾਂ ਦੀ ਰੋਕਥਾਮ ਲਈ ਕਾਨੂੰਨ ਨੂੰ ਹੋਰ ਸਖਤ ਬਣਾਉਣ ਲਈ ਕੰਮ ਕਰ ਰਹੀ ਹੈ ਜਦਕਿ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਸੂਬਾ ਸਰਕਾਰ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਸਮਾਜ ਅਤੇ ਖੁਸ਼ਹਾਲ ਦੇਸ਼ ਦੀ ਸਿਰਜਣਾ ਲਈ ਕੇਂਦਰ ਅਤੇ ਸੂਬੇ ਦੀ ਇੱਕਜੁੱਟਾ ਇੱਕਜੁੱਟ ਹੋਣ ਦੇ ਕੇ ਲੜਾਈ ਲੜਨ ਦੀ ਜਿਹੜੀ ਹੈ ਗੱਲਬਾਤ ਕੀਤੀ ਗਈ ਹੈ ਹੁਣ ਆ ਕਿਹਾ ਕਿ ਪੰਜਾਬ ਵਰਗੇ ਸਰਹੱਦੀ ਸੂਬੇ ਵਿੱਚ ਨਸ਼ੇ ਦੀ ਰੋਕਥਾਮ ਲਈ ਕੇਂਦਰ ਸਰਕਾਰ ਪੰਜਾਬ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੈ ਕੇਂਦਰ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਕੱਢਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਆ ਇੱਥੇ 31000 ਕਿਲੋ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਹਨ ਜਿਸ ਨੂੰ ਵੀਡੀਓ ਰਾਹੀਂ ਕੇਂਦਰ ਗ੍ਰਾਮ ਮੰਤਰੀ ਨੇ ਦਿਖਾਇਆ ਗਿਆ ਆ ਵੀਡੀਓ ਮੁਤਾਬਕ ਦਿੱਲੀ ਵਿੱਚ 19500 ਕਿਲੋ ਜਿਹੜੇ ਆ ਉਹ ਸਮਾਨ ਜਿਹੜਾ ਉਹ ਨਸ਼ਟ ਕੀਤਾ ਗਿਆ ਆ ਕੋਲਕਾਤਾ ਦੇ ਵਿੱਚ 3077 ਕਿਲੋ ਚਨਈ ਦੇ ਵਿੱਚ 1302 ਅਤੇ ਗੁਹਾਟੀ ਦੇ ਵਿੱਚ 7261 ਕਿਲੋ ਨਸ਼ੀਲੇ ਪਦਾਰਥ ਜਿਹੜੇ ਆ ਨਸ਼ਟ ਕੀਤੇ ਗਏ ਹਨ ਅ ਇੱਥੇ ਇੱਕ ਗੱਲ ਜਿਹੜੀ ਆ ਉਹ ਜਿਹੜੀ ਸਾਹਮਣੇ ਆਂਦੀ ਆ ਦੇਖੋ ਜਿੱਥੇ ਕਿ ਅ ਅਮਿਤ ਸ਼ਾਹ ਹੋਰਾਂ ਨੇ ਕਿਹਾ ਜੀ ਕਿ ਪੰਜਾਬ ਜਿਹੜਾ ਉਹ ਸਰਹੱਦੀ ਸਰੂਪਾ ਹੈਗਾ ਇੱਥੇ ਸਭ ਤੋਂ ਵੱਧ ਜਿਹੜੀ ਹੈ ਨਸ਼ੇ ਦੀ ਖੇਪ ਜਿਹੜੀ ਆ ਆਂਦੀ ਆ ਔਰ ਪੰਜਾਬ ਦੇ ਵਿੱਚ ਉਹ ਪੰਜਾਬ ਤੋਂ ਜ਼ਮੀਨ ਵੀ ਮੰਗੀ ਜਾ ਰਹੀ ਆ ਔਰ ਨਸ਼ਿਆਂ ਦੇ ਉੱਪਰ ਜ਼ੀਰੋ ਟੋਲਰੈਂਸ ਦੀ ਗੱਲਬਾਤ ਕੀਤੀ ਜਾ ਰਹੀ ਆ ਪਰ ਦੂਸਰੇ ਪਾਸੇ ਜਿਹੜੀ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਜਿਹੜੀ ਇੱਕ ਵੀਡੀਓ ਦਿਖਾਈ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ 31000 ਕਿਲੋ ਨਸ਼ੀਲੇ ਪਦਾਰਥ ਜਿਹੜੇ ਆ ਉਹਨਾਂ ਵੱਲੋਂ ਨਸ਼ਟ ਕਿੱਥੇ ਗਏ ਆ ਜਿਹੜੇ ਫੜੇ ਹੋਏ ਸੀਗੇ ਅ ਜਿਸ ਦੇ ਵਿੱਚੋਂ ਸਭ ਤੋਂ ਵੱਧ ਮਾਤਰਾ ਜਿਹੜੀ ਆ ਉਹ ਦਿੱਲੀ ਦੇ ਵਿੱਚ ਦੱਸੀ ਗਈ ਹੈ 19500 ਕਿਲੋ ਜਿਹੜੀ ਆ ਨਸ਼ੀਲੇ ਪਦਾਰਥ ਜਿਹੜੇ ਆ ਉਹ ਨਸ਼ਟ ਕਿੱਥੇ ਗਏ ਆ ਦਿੱਲੀ ਦੇ ਵਿੱਚ ਕੋਲਕੱਤਾ ਦੀ ਗੱਲ ਕੀਤੀ ਜਾਏ ਤੇ 3077 ਕਿਲੋ ਚਨਈ ਦੀ ਗੱਲ ਕੀਤੀ ਜਾਏ ਤੇ 1302 ਕਿਲੋ ਗੁਹਾਟੀ ਦੀ ਗੱਲ ਕੀਤੀ ਜਾਏ ਤੇ 7261 ਕਿਲੋ ਨਸ਼ੀਲੇ ਪਦਾਰਥ ਜਿਹੜੇ ਆ ਉਹ ਨਸ਼ਟ ਕਿਤੇ ਆ ਆ ਇੱਥੇ ਜਿੱਥੇ ਦੂਸਰੇ ਪਾਸੇ ਉਹ ਦੱਸ ਰਿਹਾ ਜੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਖੇਪ ਜਿਹੜੀ ਹੈ ਸਭ ਤੋਂ ਵੱਧ ਆਂਦੀ ਹੈ ਪਰ ਪੰਜਾਬ ਦੇ ਵਿੱਚ 1 ਕਿਲੋ ਵੀ ਨਸ਼ੇ ਦੀ ਗੱਲਬਾਤ ਸਾਹਮਣੇ ਨਹੀਂ ਆਈ ਕਿ ਉਹਨਾਂ ਨੇ ਨਸ਼ਾ ਜਿਹੜਾ ਉਹ ਨਸ਼ਟ ਕੀਤਾ ਔਰ ਉਸ ਨਸ਼ੇ ਦੀ ਗੱਲਬਾਤ ਜਿਹੜੀ ਹੈ ਉਹ ਬੇਸ਼ੱਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਕੀਤੀ ਹੈ ਕਿ ਦਿੱਲੀ ਦੇ ਵਿੱਚ ਬਹੁਤ ਸਾਰਾ ਨਸ਼ਾ ਹੈਗਾ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਜ਼ੀਰੋ ਟੋਲਰੈਂਸ ਦੀ ਗੱਲ ਕੀਤੀ ਜਾ ਰਹੀ ਹੈ ਅ ਅਮਿਤ ਸ਼ਾਹ ਹੋਰਾਂ ਵੱਲੋਂ ਇਹ ਅੱਜ ਜਿਹੜੀ ਹੈ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਵੀ ਜਿਹੜਿਆ ਅਧਿਕਾਰੀ ਅਧਿਕਾਰੀ ਸੀ ਉਹ ਵੀ ਮੌਜੂਦ ਸੀ ਹੋਰ ਨਾਲ ਦੇ ਨਾਲ ਪੰਜਾਬ ਦੇ ਜਿਹੜੇ ਗਵਰਨਰ ਹੈਗੇ ਆ ਪ੍ਰੋਹਿਤ ਉਹ ਵੀ ਮੌਜੂਦ ਸੀਗੇ ਸੋ ਉਹਨਾਂ ਦੇ ਨਾਲ ਹੀ ਅਮਿਤ ਸ਼ਾਹ ਹੋਰਾਂ ਨੇ ਅੱਜ ਇਹ ਮੀਟਿੰਗ ਕੀਤੀ ਸੀਗੀ ਸੋ ਮੈਨੂੰ ਦਿਓ ਜੀ ਇਜਾਜ਼ਤ ਸਮਾਜ ਜਿਹੜਾ ਉਹ ਹੋਰ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਆ ਅ ਅਸੀਂ ਜਿੰਨੀ ਵੀ ਗੱਲਾਂ ਤੁਹਾਡੇ ਨਾਲ ਕੀਤੀਆਂ ਤੱਥਾਂ ਦੇ ਆਧਾਰ ਦੇ ਉੱਪਰ ਕੀਤੀਆਂ ਕਿਸੇ ਤਰ੍ਹਾਂ ਦੀ ਵਾਇਲੈਂਸ ਨੂੰ ਨਾਤੇ ਪ੍ਰਮੋਟ ਕੀਤਾ ਨਾ ਹੀ ਪ੍ਰਵੋਕ ਕੀਤਾ ਔਰ ਤੱਥਾਂ ਦੇ ਆਧਾਰ ਤੇ ਉੱਪਰ ਖਬਰਾਂ ਜਿਹੜੀਆਂ ਉਹ ਅਸੀਂ ਤੁਹਾਡੇ ਤੱਕ ਜਿਹੜੀਆਂ ਉਹ ਲੈ ਕੇ ਆਇਆ ਮੈਨੂੰ ਦਿਓ ਜਿ ਇਜਾਜ਼ਤ ਫਤਿਹ ਨੂੰ ਕਰਿਓ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ